ਪਹਿਲੀ ਕੁਸ਼ਤੀ ਦੇ ਪਹਿਲਵਾਨ ਸਾਜਨ ਪਹਿਲਵਾਨ ਖੈਰਾਬਾਦ ਤੇ ਦੀਪ ਬਰਨਾਲੀ ਦੋਵੇਂ ਪਹਿਲਵਾਨ ਅਖਾੜੇ ਦੇ ਵਿੱਚ ਪੁੱਜਣ। ਸਾਜਨ ਪਹਿਲਵਾਨ ਖੈਰਾਬਾਦ ਤੇ ਦੀਪ ਪਹਿਲਵਾਨ ਬਰਨਾਲੀ ਲਾਪ੍ਰੀਤ ਪਹਿਲਵਾਨ ਤੋਲਾ ਨੰਗਲ ਦੇ ਵਾਰਸ ਪਹਿਲਵਾਨ ਕੁਹਾਲੀ। ਭਲਵਾਨ ਜੀ ਇੰਨੀ ਦੇਰੀ ਨਾ ਕਰੋ, ਬਾਅਦ ਦੇ ਵਿੱਚ ਕਹਿੰਦੇ ਹਰ ਮੈਦਾਨ ਫਤਿਹ ਵਾਲੇ ਸਾਡੇ ਵੀਰ ਜਿਨ੍ਹਾਂ ਨੇ ਕਹਿੰਦੇ ਵੀ ਟਰੈਕਟਰਾਂ ਦੇ ਸਟੰਟ ਦਿਖਾਉਣੇ ਹੈ, ਜਿਹੜੇ ਤਵੀਆਂ ਮੁਕਾਬਲਿਆਂ ਦੇ ਵਿੱਚ ਤੇ ਟੋਜਨ ਮੁਕਾਬਲਿਆਂ ਦੇ ਵਿੱਚ ਹਿੱਸਾ ਲੈਂਦੇ ਹੈ ਸਾਡੇ ਮਰੂਤੀ ਗੈਂਗ ਵਾਲੇ ਵੀਰ, ਉਹ ਵੀ ਪੁੱਜ ਪੁੱਜ ਢੋਲੀ ਨੂੰ ਬੇਨਤੀ ਹਨ ਢੋਲ ਕਿਰਪਾ ਕਰਕੇ ਆਪਾਂ ਬੰਦ ਕਰ ਦਈਏ। ਢੋਲ ਕਹਿੰਦੇ ਹੁਣ ਅਖਾੜੇ ਦੇ ਵਿੱਚ ਵੱਜਣਾ ਹੈ, ਢੋਲ ਕਹਿੰਦੇ ਹੁਣ ਅਖਾੜੇ ਦੇ ਵਿੱਚ ਵੱਜਣਾ ਹੈ ਕਿ ਲੈਣਾ ਖਿੱਚ ਗਿਆ ਸਿਕੰਦਰ ਤੇ ਅੱਤ ਕਰਾ ਗਿਆ ਪੋਰਸ, ਰਾਜ ਹੋਇਆ ਨੀ ਮਹਾਰਾਜੇ ਰਣਜੀਤ ਵਰਗਾ, ਲੀੜੇ ਲਾ ਕੇ ਥਾਪੀ ਮਾਰਦੇ ਬੜੇ ਦੇਖੇ, ਰੇਡਰ ਉੱਠਿਆ ਨੀ ਬਾਜੇ ਦੇ ਹਰਜੀਤ ਵਰਗਾ, ਬਰਗਰ ਪੀਜੇ ਫਿੱਕੇ ਪੈ ਜਾਂਦੇ, ਰੋਟੀ ਮੱਕੀ ਦੀ ਹੋਵੇ ਨਾਲ ਸਾਗ ਦੇ ਕਿ ਡੱਡੂ ਖਾਣੇ ਇੱਥੇ ਬੜੇ ਫੜੀ ਫਿਰਦੇ, ਪਤਾ ਲੱਗਦਾ ਹੈ ਜਦੋਂ ਪੇਚਾ ਪੈਂਦਾ ਨਾਲ ਕਾਲੇ ਨਾਗ ਦੇ ਕਿ ਰਾਜਗੁਰੂ ਸੁਖਦੇਵ ਸਰਾਭੇ ਵਾਂਗੂ ਕਿਸੇ ਨੀ ਫਾਂਸੀ ਮੂਰੇ ਸੀਨਾ ਤਣਨਾ, ਲੱਕੜ ਦੇ ਬਾਲੇ ਦੇ ਜੇਕਰ ਟਾੜਾ ਲਿਖ ਦਈਏ ਉਹਨੇ ਕਦੇ ਗਾਡਰ ਨੀ ਬਣਨਾ, ਕਿ ਹੱਥ ਚ ਤੂੰਬੀ ਫੜ ਕੇ ਸਟੇਜਾਂ ਉੱਤੇ ਦੋ ਗਾਣਿਆਂ ਦਾ ਕਿੰਗ ਬਣਦਾ, ਬੜੇ ਸਿੰਗਰਾਂ ਨੇ ਕੀਤਾ ਹੀਲਾ, ਸੜਕ ਉੱਤੇ ਕੱਚ ਵਾਂਗੂ ਪਏ ਅੱਜ ਵੀ ਚਮਕ ਦਦਾਰ ਸੰਧੂ ਤੇ ਚਮਕੀਲਾ, ਕੁਰਤਾ ਪਜਾਮਾ ਜੇ ਬਣਾਇਆ ਹੋਵੇ ਰੂਹ ਨਾ ਧੂਈ ਭਣਦਾ ਏ ਜੀਣ ਦੀ, ਇੰਡੀਆ ਚ ਟਰੈਕਟਰ ਬਰੇ ਆ ਗਏ ਪਰ 855 ਨੇ ਕਦੇ ਜੀਵ ਕਢਾਈ ਆ ਤੂੜੀ ਵਾਲੀ ਮਸ਼ੀਨ ਦੀ, ਮੋਟਰਸਾਈਕਲ ਜਿੰਨੇ ਮਰਜ਼ੀ ਲੈ ਲੋ ਨਜ਼ਾਰਾ ਹੈ ਨੀ ਬੁਲਟ ਦੇ ਗੇਰ ਵਰਗਾ, ਕਿ ਅਸਲਾ ਤਾਂ ਇੱਥੇ ਬਾਬਿਆਂ ਨੇ ਬਹੁਤ ਰੱਖਿਆ ਪਰ ਦਬਕਾ ਹੈ ਨੀ ਭਿੰਡਰਾਂ ਵਾਲੇ ਸ਼ੇਰ ਵਰਗਾ, ਜਿਹੜੇ ਕਰਦੇ ਪਿਆਰ ਸੰਤਾਂ ਨੂੰ ਮਾਰੋ ਤਾੜੀ ਇੱਕ ਵਾਰੀ ਮੇਰੇ ਵੀਰੇ ਠੋਕ ਕੇ, ਐਨ ਕਹਿੰਦੇ ਅੱਜ ਦਿੱਲੀ ਦੇ ਬਾਰਡਰਾਂ ਦੇ ਜੇ ਬੈਠੇ ਨਾ ਕਹਿੰਦੇ ਸੰਤਾਂ ਵਰਗੇ ਹੁੰਦੇ ਐਨ ਮੋਦੀ ਨੂੰ ਦੱਸਦੇ ਕਿ ਆਪਾਂ ਕੀ ਚੀਜ਼ ਹੈ। ਆਪਾਂ ਕਹਿੰਦੇ 47 ਚੱਲੀ ਹੈ, ਆਪਾਂ 84 ਚੱਲੀ ਹੈ, ਅਹਿਮਦ ਸ਼ਾਹ ਅਬਦਾਲੀ ਦਾ ਜਿਹੜਾ ਯੁੱਗ ਚੱਲਿਆ ਹੈ, ਹੁਣ ਜੇ ਕਹਿੰਦੇ ਦਿੱਲੀ ਦੇ ਬਾਰਡਰਾਂ ਦੇ ਭਾਵੇਂ ਮਹਾਰਾਸ਼ਟਰ ਆਇਆ ਹੈ ਭਾਵੇਂ ਯੂਪੀ ਆਇਆ ਭਾਵੇਂ ਹਰਿਆਣਾ, ਪਰ ਪਹਿਲਾਂ ਅਗਵਾਈ ਆਪਾਂ ਕੀਤੀ ਹੈ, ਜਿਹੜੇ ਜਿਹੜੇ ਕਿਸਾਨੀ ਨੂੰ ਪਿਆਰ ਕਰਦੇ ਆ ਤਾੜੀ ਉਹ ਵੀ ਮਾਰਨਗੇ ਮੇਰੇ ਵੀਰ, ਜੇ ਕਿਸਾਨੀ ਹੈ ਤਾਂ ਹੀ ਪਹਿਲਵਾਨੀ ਹੈ ਤਾਂ ਹੀ ਕਹਿੰਦੇ ਸਾਡੀ ਜਵਾਨੀ ਹੈ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਐਨ ਕਹਿੰਦੇ ਵੀ ਜਥੇਬੰਦੀਆਂ ਦੇ ਝੰਡੇ ਵੀ ਲੱਗੇ ਹੋਏ ਆ। ਉਧਰਲੇ ਪਾਸੇ ਸਾਡੇ 17 ਸਿੰਘ ਜੀ ਪੰਚਾਇਤ ਮੈਂਬਰ, ਇਹਨਾਂ ਨੇ ਕਹਿੰਦੇ ਵੀ ਇੱਕ ਕੁਸ਼ਤੀ ਵੀ ਕਰਵਾਉਣੀ ਹੈ ਤੇ ਵੱਡੇ ਮਾਣ ਵੀ ਭੇਜਦੇ ਮੇਰੇ ਵਾਸਤੇ, ਇਹਨਾਂ ਪੰਜਾਬੀ ਦੇ ਬੋਲਾਂ ਤੋਂ ਖੁਸ਼ ਹੋ ਗਏ, ਪਰਮਾਤਮਾ ਚੜ੍ਹਦੀਆਂ ਕਲਾ ਕਰਨ। ਆਹ ਮੁੰਡਾ ਕਹਿੰਦੇ ਵੀ ਤੁਹਾਡੇ ਪਿੰਡ ਦਾ ਹੈ, ਮੇਰੀ ਇੱਕ ਵਾਰੀ ਸਾਰੀ ਕਮੇਟੀ ਨੂੰ ਬੇਨਤੀ ਆ ਜੀ ਆਹੋ ਕਿਰਪਾ ਕਰਕੇ ਸਮੁੱਚੀ ਪੰਚਾਇਤ ਆਵੇ ਜੀ, ਸਮੁੱਚੀ ਪੰਚਾਇਤ ਨੂੰ ਸਾਡੀ ਬੇਨਤੀ ਹੈ ਕਿ ਕੁਸ਼ਤੀ ਦੀ ਸ਼ੁਰੂਆਤ ਕਰਾ ਦਿਓ। ਬਾਬਾ ਮਾਹੀ ਸਿੰਘ ਜੀ ਕਿ ਸਾਧੂ ਸੰਤ ਫਕੀਰ ਖੁਦਾ ਦੇ ਅਸਲੀ ਮਰਦ ਸਿਆਣੇ, ਜਿਹੜੇ ਮੂੰਹ ਚੋਂ ਵਾਕ ਨਿਕਲ ਗਏ ਉਹ ਬਿਰਥੇ ਨੀ ਜਾਣੇ, ਕਿ ਸਾਧੂ ਰਹਿੰਦੇ ਜੱਗ ਦੇ ਬਗਾਨੇ ਬਣ ਕੇ, ਹੁੰਦੇ ਹੀਰਿਆਂ ਤੋਂ ਮਹਿੰਗੇ ਰਹਿੰਦੇ ਆਨੇ ਬਣ ਕੇ, ਹੁੰਦੇ ਹੀਰਿਆਂ ਤੋਂ ਮਹਿੰਗੇ ਰਹਿੰਦੇ ਆਨੇ ਬਣ ਕੇ। ਇਧਰਲੇ ਪਾਸੇ ਕੁਸ਼ਤੀ ਦੀ ਸ਼ੁਰੂਆਤ ਕਰਵਾਉਣ ਦੇ ਲਈ ਸਮੁੱਚੀ ਪੰਚਾਇਤ ਪੁੱਜੀ ਹੋਈ ਹੈ। ਉਧਰ ਪਾਲਾ ਪਹਿਲਵਾਨ ਜੀ ਢਪਈ ਉਹ ਵੀ ਕਹਿੰਦੇ ਪੁੱਜੇ ਹੋਏ, ਜਿਨ੍ਹਾਂ ਨੇ ਇਸ ਦੰਗਲ ਦੀ ਸ਼ੁਰੂਆਤ ਬੜਾ ਪਹਿਲਾਂ ਸਮਾਂ ਕਰਵਾਈ, ਟੌਪ ਦੇ ਮੱਲ ਜਿਹੜੇ ਇਸ ਧਰਤੀ ਦੇ ਸੱਦੇ ਹੈ, ਔਰ ਆਪਾਂ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ। ਸਾਡੇ ਜਿੰਨੀ ਵੀ ਕਮੇਟੀ ਹੈ ਮੈਂਬਰ ਪੰਚਾਇਤ ਇਸ ਸਮੇਂ ਕੁਸ਼ਤੀ ਛਡਾਉਂਦੇ ਹੋਏ ਹੈ, ਪਰਮਾਤਮਾ ਚੜ੍ਹਦੀਆਂ ਕਲਾ ਕਰਨ।
ਜਿਹੜੀ ਆਪਾਂ ਕੁਸ਼ਤੀ ਬੋਲਦੇ ਨੇ ਇੱਕ ਵਾਰੀ ਨੋਟ ਕਰਨ ਸਾਰੇ ਪਹਿਲਵਾਨ ਵੀਰ ਪਹਿਲਵਾਨ 5 ਮਿੰਟਾਂ ਦੇ ਵਿੱਚ ਗਰਾਊਂਡ ਦੇ ਵਿੱਚ ਪੁੱਜਣ ਆ ਦੇਸੀ ਖੇਡਾਂ ਵਾਲੇ ਵੀਰਾਂ ਨੂੰ ਕਰ ਲੈਂਦੇ ਜੇ ਵੀ ਵਿਚਾਰੇ ਆਸ ਨਾ ਹੀ ਆਏ ਹਰ ਕੁਸ਼ਤੀ ਦਾ ਕਹਿੰਦੇ 10 ਮਿੰਟ ਦਾ ਟਾਈਮ ਹੋਊਗਾ ਇਹ ਸਾਡੇ ਵੀਰਾਂ ਵੱਲੋਂ ਬੇਨਤੀ ਹੈ ਨੋਟ ਕਰਿਓ ਫਿਰ ਤੋਂ ਬਹੁਤ ਸਾਰਾ ਧੰਨਵਾਦ ਕਰਦੇ ਹਾਂ ਛਿੰਝ ਮੇਲਾ ਕਮੇਟੀ ਹੈ ਜਿਹੜੀ ਹਰਜਿੰਦਰ ਸਿੰਘ ਜੀ ਪਹਿਲਵਾਨ ਜਗਵਿੰਦਰ ਸਿੰਘ ਜੀ ਧਰਮ ਸਿੰਘ ਜੀ ਪਹਿਲਵਾਨ ਬਿੱਟੂ ਪਹਿਲਵਾਨ ਸੰਨੀ ਪਹਿਲਵਾਨ ਗੁਰਮੇਲ ਸਿੰਘ ਜੀ ਜੋਬਨ ਸਿੰਘ ਜੀ ਹਰਜਿੰਦਰ ਸਿੰਘ ਜੀ ਕਾਲਾ ਪਹਿਲਵਾਨ ਰਾਮ ਸਿੰਘ ਦੋਧੀ ਬਲਹਾਰ ਸਿੰਘ ਜੀ ਆਹ ਇੱਦਾਂ ਚੁੱਕਦੇ ਮੇਰਾ ਵੀਰ ਇਹ ਵੀ ਰੋਜੀ ਰੋਟੀ ਹੈ ਘਰ ਦੇ ਵਿੱਚ ਕਹਿੰਦੇ ਚੁੱਲ੍ਹਾ ਚੁੱਲ੍ਹੇ ਦੇ ਉੱਪਰ ਤਵਾ ਤਵੇ ਦੇ ਉੱਪਰ ਰੋਟੀ ਜਿਹੜੀ ਪੱਕਦੀ ਤੁਹਾਡੇ ਦਿੱਤੇ 10-5-20-50 ਨਾਲ ਪੱਕਦੀ ਤਾੜੀ ਮਾਰ ਦਿਓ ਮੇਰੇ ਵੀਰਿਓ ਨਾਲ ਆਈਦਾ ਕੁਸ਼ਤੀ ਦੰਗਲ ਆਜ਼ਾਦ ਵੈਬ ਟੀਵੀ ਦੇ ਉੱਪਰ ਲਾਈਵ ਚੱਲ ਰਿਹਾ ਜੀ ਆਜ਼ਾਦ ਵੈਬ ਟੀਵੀ ਦੇ ਉੱਪਰ ਲਾਈਵ ਚੱਲ ਰਿਹਾ ਹੈ ਕੁਝ ਨਾਮ ਰਹਿ ਗਏ ਆਪਾਂ ਵੀ ਬੋਲਦੇ ਨੇ ਰਾਮ ਸਿੰਘ ਦੋਧੀ ਬਲਹਾਰ ਸਿੰਘ ਜੀ ਪ੍ਰਧਾਨ ਕਾਲੀ ਪਹਿਲਵਾਨ ਕਾਲਾ ਪ੍ਰਧਾਨ ਅੰਗਰੇਜ਼ ਸਿੰਘ ਜੀ ਡੇਰੀ ਵਾਲੇ ਗਗਨਦੀਪ ਸਿੰਘ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਛਿੱਲੀ ਪਾਲਾ ਪਹਿਲਵਾਨ ਨਾਲ ਸਾਡੇ ਪੰਚਾਇਤ ਸਰਪੰਚ ਬਘੇਲ ਸਿੰਘ ਜੀ ਸਰਪੰਚ ਗੁਰਾ ਸਿੰਘ ਜੀ ਸਰਪੰਚ ਹਸਰਾਰ ਹਰਪਾਲ ਸਿੰਘ ਜੀ ਬਾਬਾ ਬਸੰਤ ਸਿੰਘ ਜੀ ਮੈਂਬਰ ਮਹਿਲ ਸਿੰਘ ਜੀ ਬੱਡੂ ਦਰਬਾਰਾ ਸਿੰਘ ਜੀ ਮੈਂਬਰ ਬਾਬਾ ਰਾਮ ਸਿੰਘ ਜੀ ਮੈਂਬਰ ਸਤਾਰਾ ਸਿੰਘ ਜੀ ਮੈਂਬਰ ਜਿਨ੍ਹਾਂ ਵੱਲੋਂ ਅੱਜ ਕੁਸ਼ਤੀ ਜਿਹੜੀ ਇੱਕ ਦਾ ਇਨਾਮ ਦਿੱਤਾ ਜਾਵੇਗਾ ਸੱਜਣ ਸਿੰਘ ਜੀ ਮੈਂਬਰ ਸੁਖਦੇਵ ਸਿੰਘ ਜੀ ਮੈਂਬਰ ਸਾਡੇ ਜੋੜੂ ਮੈਂਬਰ ਜੀ ਗੋਰਾ ਮੈਂਬਰ ਜੀ ਪਰਮਜੀਤ ਸਿੰਘ ਜੀ ਮੈਂਬਰ ਕਾਰਜ ਸਿੰਘ ਜੀ ਮੈਂਬਰ ਇੱਕ ਮਿੰਟ ਜੀ ਵੀਰ ਜੀ ਨਾਂ ਰਿਪੀਟ ਕਰ ਦਈਏ ਜੀਵਨ ਸਿੰਘ ਜੀ ਮੈਂਬਰ ਸੁਮਿੱਤਰ ਸਿੰਘ ਜੀ ਮੈਂਬਰ ਤੇ ਗੁਰਬਾਜ ਸਿੰਘ ਜੀ ਪ੍ਰਿੰਸੀਪਲ ਸਾਰੇ ਵੀਰਾਂ ਦਾ ਬਹੁਤ ਵੱਡਾ ਧੰਨਵਾਦ ਲਾਪ੍ਰੀਤ ਪਹਿਲਵਾਨ ਤੋੜਾ ਨੰਗਲ ਤੇ ਵਾਰਸ ਪਹਿਲਵਾਨ ਕੁਹਾਲੀ ਲਾਪ੍ਰੀਤ ਤੋੜਾ ਨੰਗਲ ਦੇ ਵਾਰਸ ਕੁਹਾਲੀ ਇਹ ਵੀ ਪਹਿਲਵਾਨ ਕਿਰਪਾ ਕਰਕੇ ਜਲਦੀ ਨਾਲ ਅਖਾੜੇ ਦੇ ਵਿੱਚ ਪੁੱਜਣ ਐਨ ਕਹਿੰਦੇ ਵੀ ਬੜੀ ਕਿਰਪਾ ਇਸ ਨਗਰ ਦੇ ਉੱਤੇ ਇਸ ਇਲਾਕੇ ਦੇ ਉੱਤੇ ਬਾਬਾ ਮਾਹੀ ਸਿੰਘ ਜੀ ਦੀ ਐਨ ਕਹਿੰਦੇ ਵੀ ਬਹੁਤ ਅਪਾਰ ਕਿਰਪਾ ਸੱਚੇ ਪਾਤਸ਼ਾਹ ਦੀ ਚੜ੍ਹਦੀਆਂ ਕਲਾ ਕਰਨ ਪਰਮਾਤਮਾ ਅਗਲੀ ਕੁਸ਼ਤੀ ਦੇ ਪਹਿਲਵਾਨ ਕਿਉਂ ਨੀ ਪੁੱਜ ਰਹੇ ਜੀ ਲਾਪ੍ਰੀਤ ਪਹਿਲਵਾਨ ਤੋੜਾ ਨੰਗਲ ਤੇ ਵਾਰਸ ਪਹਿਲਵਾਨ ਕੁਹਾਲੀ ਲਾਪ੍ਰੀਤ ਪਹਿਲਵਾਨ ਤੋੜਾ ਨੰਗਲ ਤੇ ਵਾਰਸ ਪਹਿਲਵਾਨ ਕੁਹਾਲੀ ਹਾਂਜੀ ਹਾਂਜੀ ਇਹ ਇੱਥੋਂ ਹੀ ਪੈਸੇ ਦੇਣੇ ਪਹਿਲਵਾਨਾਂ ਨੂੰ ਪਹਿਲਵਾਨ ਜੀ ਇਹਨੀ ਦੇਰੀ ਨਾ ਲਾਇਆ ਕਰੋ ਕਿਰਪਾ ਕਰਕੇ ਪਤਾ ਨੀ ਜੀ ਇਹਦੇ ਕਿਹੜੀ ਪਰਚੀ ਸਾਰੀਆਂ ਬੋਲੀਆਂ ਜਾਣੀਆਂ ਭਲਵਾਨ ਜੀ ਤੁਸੀਂ ਨੇਤੀ ਦੰਗਲਾਂ ਦੇ ਵਿੱਚ ਰਹਿੰਦੇ ਹੋ ਕੋਈ ਵੀ ਕੁਸ਼ਤੀ ਨਹੀਂ ਰਹਿਣੀ ਵਾਕੇ ਕਹਿੰਦੇ ਕੁਸ਼ਤੀਆਂ ਸਾਰੀਆਂ ਚੋਟੀ ਦੀਆਂ ਹੋਣੀਆਂ ਨੇ ਵਾਰਸ ਪਹਿਲਵਾਨ ਕੁਹਾਲੀ ਦੇ ਲਾਪ੍ਰੀਤ ਤੋੜਾ ਨੰਗਲ ਤੋੜੇ ਨੰਗਲ ਵਾਲਾ ਪਹਿਲਵਾਨ ਪੁੱਜੇ ਅਖਾੜੇ ਦੇ ਵਿੱਚ ਤੋੜੇ ਨੰਗਲ ਵਾਲਾ ਪਹਿਲਵਾਨ ਪੁੱਜੇ ਅਖਾੜੇ ਦੇ ਵਿੱਚ 10 ਮਿੰਟ ਦਾ ਸਮਾਂ ਭਲਵਾਨ ਨੇ ਲੰਗੋਟਾ ਵੀ ਨਹੀਂ ਪਾਇਆ ਜੇ ਬੰਨਣ ਲੱਗਾ ਭਲਵਾਨ ਜੀ ਤੁਸੀਂ ਦੇਰੀ ਕਰੋਗੇ ਤੇ ਆਪਾਂ ਦੂਜੇ ਨੂੰ ਕੀ ਕਵਾਂਗੇ ਗੁਰਪ੍ਰੀਤ ਇਹ ਹਲੇ ਗੁਰਪ੍ਰੀਤ ਭਾਈ ਦੇ ਸਾਜਨ ਬੰਡਾਲਾ ਇਹ ਵੀ ਪਹਿਲਵਾਨ ਤਿਆਰ ਰਹਿਣ ਪੰਮਾ ਪਹਿਲਵਾਨ ਤੋੜਾ ਨੰਬਗਲ ਤੇ ਸੰਦੀਪ ਲਦੇ ਕਾਰਜ ਪਹਿਲਵਾਨ ਪੰਜ ਗ੍ਰਾਈ ਦੇ ਕਰਨ ਕੁਹਾਲੀ ਇਹ ਸਾਰੇ ਪਹਿਲਵਾਨ ਕਿਰਪਾ ਕਰਕੇ ਤਿਆਰ ਰਹਿਣ ਵੀਰ ਜੀ ਤੁਸੀਂ ਲਾਇਆ ਇਹ ਗਲਤ ਇੱਧਰਲੇ ਪਾਸੇ ਚਾਹੀਦਾ ਸੀ ਠੀਕ ਹੈ ਜੀ ਭਾਜੀ ਮੈਂ ਹੀ ਗਲਤ ਹਾਂ ਜੀ ਵਾਕੇ ਕਹਿੰਦੇ ਇਨਸਾਨ ਬੰਦਾ ਗਲਤੀ ਮੰਨ ਲਵੇ ਕਹਿੰਦੇ ਨਾਨਕ ਆਖਣ ਸਭ ਕੋ ਆਖੇ ਇੱਕ ਤੋਂ ਇੱਕ ਸਿਆਣਾ
क्यों बाबा जी गल सही है ना, इधरले पासे बल्ले बल्ले है ओ कुश्तियां दी, कहंदे कोई सौंदा है सड़क किनारे ते, कोई करदा है ऐश चबारे ते, कोई पी के चबदा कुकड़ नूं, कोई तरसदा बए टुकड़ नूं, किते भुखे न्याणे सुते ने, किते दुध पीण लई वी कुत्ते ने, किते नंगा कंबे राहां ते, किते टंगे कोट ने बाहां ते, इत्थे की कारे हुंदे ने, रिश्वत नाल गुजारे हुंदे ने, मैं संगदा तेनू दसण तो तेरे सामने सारे हुंदे ने, किते बंदा बन के आ रब्बा तेनू दुख सुनाउणा चाहुणा हां, इसे ही कारण तेनू मैं धरती उत्ते बुलाउणा चाहुणा हां, तुहाडे अपने पिंड दा पहलवान आओ सामने, कहिंदे स्वर्गवासी भोले पहलवान बरनाली वाले दा भतीजा है, तकी जांदा जिवें भैया अमरूदां दी रेहड़ी तकदा, ओ बल्ले 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 एक वारी ताड़ी मार दिओ मेरे वीरियो। पहलवानां दी आ वीधी, पिंड वाला ही पहलवान इन्ना सनी भलवान जी, ना लेट होए मेरे वीर, समय की कदर करो मेरे वीरियो, पहलवानां नूं बेनती है समय की कदर करो, समा है बलवान समय की कदर करो, ये तुरदा तेज रफ्तार समय की नब्ज पढ़ो, के समय नाल ही कीते काम चंगे लगते ने सब नूं, खुंझ गए जो गलती नाल समय तो दोष देंदे रब नूं, लो इधरले पासे बाबा जी पूरा जोर, लाप्रीत पहलवान तोड़ा नंगल कित्थे चला गया जी, अगली कुश्ती बोल दो वीर, कहंदे है ते वारस पहलवान कुहाली पुज्या खाड़े दे विच, गोरप्रीत पहलवान गोरप्रीत पहलवान टुभई ते साजन बंडाला, जेड़े जेड़े पहलवान आउंदे मैनूं दसी जाया करो कृपा करके, आ वीर जी आई परची फालो, पहलवान नहीं पुजे उधर, साडे वीर कहंदे है कुश्ती दा टाइम 10 मिनट दा बदया है, कुश्ती दा टाइम कहंदे 10 मिनट दा, पर इधर कहंदे पूरी बल्ले बल्ले हो गई है, आओ कहंदे पूरी बल्ले बल्ले हो गई है, कुश्ती दी खेड 5000 साल तो भी पुरानी खेड है, पर पंजाब दी धरती दे मल खड़ा साहब दूजे पातशाह श्री गुरु अंगद देव साहब जी ने खडूर साहब दी धरती दे रचिया, जिथे पहलवाना दियां कुश्तियां करवाइयां, आ वीर जी कुश्तियां पर्ची तो बिना ही है, एक मिनट बलवान जी नाम बोल लैंदे करो, गोरप्रीत पहलवान टुभई हाथ खड़ा करो, ते साजन पहलवान बंडाला, साजन पहलवान बंडाला लाल रंग दे जांगी दे विच, दूजे पासे गोरप्रीत पहलवान टुभई चोटी दे मल पुजे है, चोटी दे अखाड़े पुजे है, सारिआं दा आपां धन्नवाद करदे आं, आओ इधरले पासे देखदे आं वी इक पासे वारस, इधरले पासे पूरा जोर लगदा होया, कुछ जोर होवे विच बाहां दे, कुछ चरबी होवे विच लत्तां दे, तां थापी वजदी है पट्टां दे, कुश्ती लड़के सोभा करा हुंदी ताही विच पंजाब दियां सत्थां दे, कुश्ती लड़के सोभा करा हुंदी ताही विच पंजाब दियां सत्थां दे, पम्मा पहलवान तोड़ा नंगल दे संदीप लदे, पम्मा पहलवान तोड़ा नंगल दे संदीप लदे, इही पहलवान तैयार हो गए अखाड़े दे विच पुज्जण, पम्मा पहलवान तोड़ा नंगल दे संदीप पहलवान लदे, इधरले पासे वारस पहलवान जित गया गुहाली वाला, बबली पहलवान पुजे हुए है कोहाली वाले नाल, कहिंदे वी इधर बाबा राम पहलवान जी पुजे है, गज्जन पहलवान झंझोटी वाला नाल, साडे काबल पहलवान जी जिन्ने पुजे सारिआं दा धन्नवाद, उधरले पासे गिंदर पहलवान लल्लियां वी पुजे है, सारे अखाड़िआं दा आपां धन्नवाद करदे, राजस्थान सी तो पहलवान पुजे है, आपां कोई वी खड़ा रह ना जावे क्योंकि पहलवान सत्कार योग है, आओ कहंदे बल्ले बल्ले है कि पहलवानी साडी जिंदाबाद मित्रो, पल्ले पहलवान दा पट्ठा जित गया है कि पहलवानी साडी जिंदाबाद मित्रो, जिंदाबाद रहनी जुगां बाद मित्रो, गुरु अंगद देव जी ने घुलना सिखाया,
खडूर साहब विच महल अखाड़ा बनवाया। छेवें पातशाह भी रहे पहलवानी करदे, जिन्ना अगे नहीं सी वड्डे वड्डे मल खड़दे। गुरुआं ते पीरां दा इह हथ मित्रो दसी लखण दे गोपी गल सच मित्रो, पाले पहलवान दा पठा जित गया। ताड़ी मार दिओ मेरे वीरो जिन्होंने कहिंदे कुश्ती दी शुरुआत इस धरती ते करवाई। पम्मा तोड़ा नंगल दे संदीप लदे कार्ज पांच ग्राई ते करन कुहाड़ी एक कमेटी दा फैसला। जिहड़ा पहलवान आपां ना बोलदे, जिहड़ा पहलवान आ गया घुल गया नहीं ते अगली पर्ची बोली जाएगी। यह कृपा करके नोट करियो, कार्ज पहलवान पांच ग्राई ते करन कुहाड़ी, पम्मा पहलवान तोड़ा नंगल ते संदीप लदे, कार्ज पहलवान पुज गया करन पुजे, कार्ज पहलवान पुज गया करन पुजे, पम्मा पहलवान तोड़ा नंगल ते संदीप लदे। पहलवान जी इन्नी देरी ना लो, गुरलाल पहलवान लदे दे काका तोड़ा नंगल, तुहाडे अपने पिंड दे पहलवान लेट हो रहे आ पहलवान जी। कार्ज पहलवान पुज गया करन किथे आ करन, पहलवान जी इन्नी देरी लाउंदे आपां घोलना पहलां वी आ ते बाद दे विच वी आ, बाद दे विच स्टंट वी होणे आ। कई वीर दीवान दे टाइम दे पुजे आ, उन्होंने भी जाके अपना माल डंगर जिहड़ा धारां कढ़नियां किसे नूं कोई काम किसे नूं कोई। करन पहलवान सामने लंगोट बन रहा है, सामने बन रहा पहलवाना कुआली वाला। ठीक है जी कुश्ती शुरू कर, पम्मा पहलवान तोड़ा नंगल ते संदीप लदे। हां जी लो चिट्टे रंग दे जांगिए दे विच कार्ज पहलवान पंज ग्राई, दूजे पासे करन पहलवान कुहाली। कि अमृतसर विच पैंदा यार पिंड कुहाली आ, दस गुरुआं दी मेहर धरती करमां वाली आ, पहलवानां दी नगरी लोकी सिफतां करदे आ। अजकल प्रिंस दे रिप्पल बड़ा वधिया ही लड़दे आ, सब पदार्थ पहलवान जी दे हथ जो दा पेज सिखाउंदे आ। वड्डियां सुपर स्टारां विच नाम कहिंदे पम्मे जिहां दे भी आउंदे सरदार। हरपाल सिंह जी सरपंच उन्हां वल्लों भी बहुत सारा माण पुज्जिया जी, उन्हां वल्लों भी बहुत सारा माण पुज्जिया। गुरलाल पहलवान लदे ते काका तोड़ा नंगल, पिंदा पहलवान कुहाली ते अजे कांजली, मनजीत पहलवान कांजली ते गुरजंट कुहाली, सुखमन पहलवान कुहाली ते इंद्रवीर सैंसरा, आकाश पहलवान कुहाली ते अमित रमदास, ये सारे पहलवान तैयार रहन। मलकीत पहलवान कांजली अखाड़े नूं सलामी देवे। पहलवान जी राशना पाओ, आपां सारियां बोल दिंदे आ। मलकीत पहलवान कांजली सरदार हरपाल सिंह जी सरपंच साहब, सरदार हरपाल सिंह जी सरपंच साहब वड्डे माण पुजे इन्हां पंजाबी बोलां दे लई। आ किहड़ा वीर है वीर जी, कुश्ती कृपा करके दस दिया करो। मलकीत पहलवान कांजली अखाड़े नूं सलामी देण। गुरलाल पहलवान लदे दे काका तोड़ा नंगल, गुरलाल पुज गया दे काका पहलवान तोड़ा नंगल। इधरले पासे करन पहलवान उपर, थले कहिंदे कार्ज पहलवान है, और कहिंदे करने सिर दे उपर दस्तार भी हैं, कहिंदे पट्टी वाले जस्से वांगू सदाई सजाई हुई है। आ वीर बिना परची दसे घुल गया।
ਪੰਮਾ ਪਹਿਲਵਾਨ ਤੋੜਾ ਨੰਗਲੋ ਪੰਮਾ ਪਹਿਲਵਾਨ ਤੋੜਾ ਨੰਗਲੋ ਤੇ ਸੰਦੀਪ ਲਦੇ ਵੀਰੀ ਆ ਪਰਚੀਆਂ ਫੜੀ ਜਾਓ ਕਿਰਪਾ ਕਰਕੇ आ भाजी परचियां फड़ी जाओ गुरलाल पहलवान तोड़ा नंगल हां जी हां जी जी गुरबाज वीर जी मैनूं परची पाड़ के दे दो तुसीं सुख पहलवान बब्बे हाली सुख पहलवान बब्बे हाली लो ताड़ी मार दो कारज जित गया पहलवान सत्ता सिंह दा पुत्तर अगली कुश्ती अखाड़ा खाली क्या पिंदा पहलवान कोहाली अजय कांजली मनजीत पहलवान कांजली दे गुरजंट कोहाली सुखमन पहलवान कोहाली नहीं जी आ परची गुरबाज वीर जी चेंज करनी पैनी एक आकाश पहलवान कोहाली ते अमित रमदास ये भी पहलवान तैयार भर तैयार रहन आ परचियां बाबा जी फड़ लियो कृपा करके परचियां कृपा करके फड़ लियो ਪਹਿਲਵਾਨ ਪਰਚੀ ਲੈ ਗਿਆ ਮੇਰੇ ਭਾਈ ਦੱਲੇ ਪਾਸੇ ਪੂਰਾ ਜ਼ੋਰ ਲੱਗਦਾ ਹੋਇਆ ਆਹੋ ਕਹਿੰਦੇ ਸਿਰਾ ਇੱਥੇ ਰੱਖ ਇੱਥੇ ਰੱਖ ਮਾੜਾ ਘੁਰ ਕੇ ਮਲ ਬਣੇ ਤਗੜਾ ਸਿੱਧਾ ਤਗੜਾ ਨਹੀਂ ਕੋਈ ਜੰਮਦਾ ਰਾਤੋ ਰਾਤ ਸਟਾਰ ਜੋ ਫਿਰੇ ਬਣ ਨੂੰ ਬੰਦਾ ਰਹਿੰਦਾ ਨਹੀਂ ਕਿਸੇ ਕੰਮ ਦਾ ਇਹ ਲੀਲਾ ਵਾਲਾ ਮੋਹਣਾ ਗੱਲਾਂ ਸੱਚ ਲਿਖਦਾ ਕਿ ਹੌਲੀ ਹੌਲੀ ਪੌੜੀ ਬੰਦਾ ਚੜ ਨਹੀਂ ਸਿੱਖਦਾ ਕਿ ਹੌਲੀ ਹੌਲੀ ਪੌੜੀ ਬੰਦਾ ਚੜ ਨਹੀਂ ਸਿੱਖਦਾ ਗੁਰਜੰਟ ਪਹਿਲਵਾਨ ਕੋਹਾਲੀ ਦੇ ਮਨਜੀਤ ਕਾਂਜਲੀ ਗੁਰਜੰਟ ਪਹਿਲਵਾਨ ਕੋਹਾਲੀ ਤੇ ਮਨਜੀਤ ਕਾਂਜਲੀ ਪਿੰਦਾ ਕੋਹਾਲੀ ਤੇ ਅਜੇ ਕਾਂਜਲੀ ਇਧਰਲੇ ਪਾਸੇ ਰੋਜੀ ਰੋਟੀ ਹੈ ਸਵੀਰ ਦੀ ਵੀ ਇਹਦਾ ਵੀ ਸਨਮਾਨ ਕਰ ਦਿਓ ਬੜੀ ਦੂਰੋਂ ਪੁੱਜਿਆ ਸਰਦਾਰ ਗੁਰਾ ਸਿੰਘ ਜੀ ਸਰਪੰਚ ਸਾਹਿਬ ਵੱਡੇ ਮਾਣ ਕਰਕੇ ਗਏ ਹੈ ਸਰਦਾਰ ਗੁਰਾ ਸਿੰਘ ਜੀ ਸਰਪੰਚ ਸਾਹਿਬ ਵੱਡੇ ਮਾਣ ਕਰਕੇ ਗਏ ਹੋ ਗਈਆਂ ਭਾਜੀ ਪਰਚੀਆਂ ਇਹ ਆ ਪਹਿਲਵਾਨਾਂ ਕਿਹੜਾ ਪਹਿਲਵਾਨ ਆ ਪਹਿਲਵਾਨ ਜੀ ਇੰਨੀ ਦੇਰੀ ਨਾ ਲਾਓ ਕਾਂਜਲੀ ਕਹਿੰਦੇ ਜ਼ਿਲ੍ਹਾ ਕਪੂਰਥਲੇ ਤੋਂ ਮੈਨੂੰ ਲੱਗਦਾ ਪਹਿਲਵਾਨ ਪੁੱਜੇ ਹੈ ਜ਼ਿਲ੍ਹਾ ਕਪੂਰਥਲੇ ਤੋਂ ਪਹਿਲਵਾਨ ਜੀ ਇਦਾਂ ਨਾ ਆਪਾਂ ਕਰੀਏ ਨੇਤੀ ਦੰਗਲ ਕਰਾਈ ਦੇ ਨੇਤੀ ਤੁਹਾਨੂੰ ਪਤਾ ਸੌ ਸੌ ਕੁਸ਼ਤੀ ਕਰਵਾ ਦੀ ਦੀ ਹੈ ਦੇਖ ਲਓ ਅਜੇ ਇਹਦੀ ਪਰਚੀ ਨਹੀਂ ਆਈ ਮੇਰੇ ਆ ਠੀਕ ਹੈ ਪਿੰਦਾ ਪਹਿਲਵਾਨ ਤੇ ਅਜੇ ਕਾਂਜਲੀ ਠੀਕ ਹੈ ਜੀ ਡਬਲ ਹੈ ਪਿੰਦਾ ਪਹਿਲਵਾਨ ਪੁੱਜੇ ਜੀ ਇਧਰਲੇ ਪਾਸੇ ਗੱਜਣ ਸਿੰਘ ਜੀ ਪਹਿਲਵਾਨ ਝੋਟੀ ਇਧਰ ਲਈ ਤਾੜੀ ਮਾਰ ਦਿਓ ਮੁੰਡੇ ਦੇ ਲਈ ਇਧਰ ਵੀਰ ਦੇ ਲਈ ਤਾੜੀ ਮਾਰ ਦਿਓ ਅਜੇ ਪਹਿਲਵਾਨ ਕਾਂਜਲੀ ਦੇ ਪਿੰਦਾ ਕੋਹਾਲੀ ਇਹ ਵੀਰ ਜੀ ਆਹ ਪਰਚੀਆਂ ਕਰਾ ਲਈਏ ਪਹਿਲਾਂ ਇਹਨੂੰ ਕੋਲ ਹੀ ਰੱਖੋ ਕਿਉਂਕਿ ਬਹੁਤ ਪਹਿਲਵਾਨ ਜੀ ਪਰਚੀ ਕੁਸ਼ਤੀਆਂ ਛੱਡੀਏ ਦੋ
मनजीत पहलवान कांजली ते गुरजंट कोहाली पहलवान जी सन्नी पहलवान जी कुश्ती का वेरवा एक दो तीन चार पांच पाइए ना फिर कुश्तियां होनगियां ने फिर कुश्तियां होनी ना गुरलाल पहलवान दे दे काका तोड़ा नंगल लो जी इधरले पासे कुश्ती शुरू होने लगी है ना पहलवाना दरमियान मनजीत पहलवान कांजरी ये है काले रंग दे पड़के दे बेच दूसरे पासे गुरजंट पहलवान कोहाली बहुत बढ़िया कुश्ती होगी मनजीत काले रंग दे जिन्हें पड़का बदया होया दूजे पासे इदा ना करो मैं आपे ना बोलदा यार आ पहलवान आए तिंदा पहलवान कोहाली तीजे पहलवान कांजरी बड़ी देर का बोलिया नौजवान हुण परचियां वीर दे उन्हां हुक्म कीता है कि पांच मिनट दे विच जिहड़ा आ जांदा है पिंदे पहलवान हथ खड़ा कर दे इह पिंदा पहलवान कोहाली इह दूजे पासे अजे पहलवान कांजली गुरलाल पहलवान लदे ते काका तोड़ा नंगल गुरलाल पहलवान लदे ते काका तोड़ा नंगल इह पहलवान कित्थे चले गए आ पहलवान जी बाबा जी इधर खड़े मैं बड़ी बारी ना बोलदा तुसीं आउंदे आ इधर ना खड़े हो गुरलाल पहलवान वीर जी तीन कुश्तियां मैं बोल देना ना मेरा बहुत बहुत धन्यवाद गुरलाल पहलवान लदे दे काका तोड़ा नंगल यही पहलवान तैयार बार तैयार रहन सुखमन पहलवान सॉरी ये परची गुरबाज वीर जी थोड़ी चेंज करनी पैनी मैनू आकाश पहलवान कोहाली ते अमित रमदास इधरले पासे शुरू है कुश्ती काले रंग दे जांगिए दे विच नौजवान अमित पहलवान अवान अखाड़ा कहिंदे वी लो इधरले पासे कांजवी का पहलवान जेतू रहा ताड़ी मार दे मनजीत लई लै वी सुखमन उठो अजे ये अजे दी कुश्ती चलन पहलवान कोहाली दे इंद्र सॉरी यार बहुत वधिया कुश्ती चलदी होई इधरले पासे एक पासे पिंदा पहलवान कोहाली दे अजे कांजली ओ कहिंदे लाल रंग दे लंगोर दे विच ढोली वीरां नूं बेनती है कृपा करके वारी वारी बजाई जाओ ढोली वीरां नूं कि पीरां ते फकीरां ने दित्ता है जन्म तैनूं तू आई है जहान विच तां पहलवानी है तू आई है जहान विच तां द्वापर दे विच जिहड़े कृष्ण भगवान सी कुश्तियां कराउंदे ओह खुद पहलवान सी हर युग विच तेरा रिहा बोल बाला तैनूं चक्किया है रहिवरां उतां कि आई है जहान विच तां पहलवानी है तू आई है जहान विच तां 5000 साल तो पुरानी यह खेड है पहलवानी दी जिहदा जिगर कहिंदे वेदां दे विच है जिहदा जिगर कहिंदे ग्रंथां दे विच है जिहदा जिगर कहिंदे भी गीता दे विच है जिहदा जिगर कहिंदे भी कुरान दे विच है जिस पहलवानी दा जिक्र कहिंदे भी श्री गुरु ग्रंथ साहिब दी गुरु बाणी दे विच कीता है मेरे वीरो पंजवें पातशाह साहिब श्री गुरु अर्जन देव जी शहीदां दे सरताज हां गसाई दा पहलवानड़ा मैं गुरमिले उच्च दुमालड़ा अज होई छेजां कठियां देऊ बैठा देखे आप जीओ वात वजन धमकण भेरियां मल लथे लैंदे फेरियां नेते पंज जवान मैं गुर थापी दित्ती कंध जीओ गुर थापी दित्ती कंध जीओ गुरलाल पहलवान लदे ते काका तोड़ा नंगल वीर जी कुश्ती होई नहीं ना आया नहीं बंद मुंडे ठीक है जी अगलिया कुश्तियां दे पहलवान गुरलाल लदे काका तोड़ा ने पिंदा पहलवान कोहाली अजे कांजली कुश्ती चल रही वीर जी दोरी दोरी वार लिखतियां कुश्तियां आ रखो जी बाकी हो गई ने बिंदा पहलवान मत्ते नंगल दे शीना लदे
ਇਹੀ ਪਹਿਲਵਾਨ ਤਿਆਰ ਬਰ ਤਿਆਰ ਰਹਿਣ ਬਿੰਦਾ ਪਹਿਲਵਾਨ ਮੱਤੇ ਨੰਗਲ ਤੇ ਸ਼ੀਨਾ ਪਹਿਲਵਾਨ ਲਦੇ ਬਹੁਤ ਵਧੀਆ ਕੁਸ਼ਤੀਆਂ ਚੱਲਦੀਆਂ ਹੋਈਆਂ ਉਹ ਕਹਿੰਦੇ ਪੂਰਾ ਜ਼ੋਰ ਇਹਨਾਂ ਪਹਿਲਵਾਨਾਂ ਦਾ ਲੱਗਿਆ ਹੋਇਆ ਹੈ ਕੋਈ ਜ਼ੋਰ ਹੋਵੇ ਵਿੱਚ ਬਾਹਾਂ ਦੇ ਕੋਈ ਹੋਵੇ ਵਿੱਚ ਲੱਤਾਂ ਦੇ ਤਾਂ ਥਾਪੀ ਵੱਜਦੀ ਹੈ ਪੱਟਾਂ ਦੇ ਕੁਸ਼ਤੀ ਲੜ ਕੇ ਸੋਭਾ ਕਰਾ ਹੁੰਦੀ ਤਾਂ ਹੀ ਵਿੱਚ ਪੰਜਾਬ ਦੀਆਂ ਸੱਥਾਂ ਦੇ ਸੁਖਮਨ ਪਹਿਲਵਾਨ ਕੋਹਾਲੀ ਤੇ ਵਿਕਾਸ ਡੇਰਾ ਬਾਬਾ ਨਾਨਕ ਸੁਖਮਨ ਪਹਿਲਵਾਨ ਕੋਹਾਲੀ ਦੇ ਵਿਕਾਸ ਡੇਰਾ ਬਾਬਾ ਨਾਨਕੇ ਵੀ ਪਹਿਲਵਾਨ ਤਿਆਰ ਬਰ ਤਿਆਰ ਰਹਿਣ ਨਾਲ ਪਾਲਾ ਪਹਿਲਵਾਨ ਜੀ ਇਸ ਸਮੇਂ ਡਿਊਟੀਆਂ ਨਿਭਾਉਂਦੇ ਹੋਏ ਪਾਲਾ ਪਹਿਲਵਾਨ ਜੀ ਟਪਈ ਬਹੁਤ ਵਧੀਆ ਮੱਲ ਨੇ ਸੁੱਖ ਪਹਿਲਵਾਨ ਬਾਬੇ ਬੇਨਤੀ ਹੈ ਅਖਾੜੇ ਨੂੰ ਸਲਾਮੀ ਦੇਵੇ ਸਾਉਣ ਵਾਲੇ ਵੀਰ ਨੂੰ ਬੇਨਤੀ ਇਹਨੂੰ ਕਿਰਪਾ ਕਰਕੇ ਆਪਾਂ ਸੈੱਟ ਕਰ ਦਈਏ ਇੱਕ ਅੱਧਾ ਘੰਟਾ ਲੱਗਣਾ ਹੋਰ ਹੋ ਸਾਹਮਣੇ ਅਜੇ ਦੀ ਪਿੰਡੇ ਦੀ ਕੁਸ਼ਤੀ ਚੱਲਦੀ ਹੈ ਸੁੱਖ ਪਹਿਲਵਾਨ ਜੀ ਉੱਠੀਏ ਦਈਏ ਅਖਾੜੇ ਨੂੰ ਸਲਾਮੀ ਅਕਾੜਾ ਪਾਤਸ਼ਾਹ ਨੂੰ ਬਹੁਤ ਵੱਡਾ ਮੱਲ ਹੈ ਪੰਜਾਹ ਦੇ ਕਰੀਬ ਮੋਟਰਸਾਈਕਲ ਜਿੱਤੇ ਹੈ ਤਾੜੀ ਮਾਰ ਦਿਓ ਮੇਰੇ ਵੀਰੋ ਸਰਦਾਰ ਗੁਰਨਾਮ ਸਿੰਘ ਦਾ ਮਾਤਾ ਪਲਵਿੰਦਰ ਕੌਰ ਦਾ ਪੁੱਤਰ ਆਹੋ ਕਹਿੰਦੇ ਵੀ ਇਸ ਸਮੇਂ ਸੁੱਖ ਬੱਬੇ ਆਲੀ ਵਾਲਾ ਪੰਮਾ ਪਹਿਲਵਾਨ ਜੀ ਡੇਰਾ ਬਾਬਾ ਨਾਨਕ ਪੰਮਾ ਪਹਿਲਵਾਨ ਜੀ ਡੇਰਾ ਬਾਬਾ ਨਾਨਕ ਪਹਿਲਵਾਨ ਜੀ ਨੂੰ ਬੇਨਤੀ ਆ ਬੈਠੋ ਦਈਏ ਅਖਾੜੇ ਨੂੰ ਸਲਾਮੀ ਪਹਿਲਵਾਨ ਜੀ ਬਿੰਦਾ ਪਹਿਲਵਾਨ ਮੱਤੇ ਨੰਗਲ ਦੇ ਸ਼ੀਨਾ ਲਦੇ ਬਿੰਦਾ ਪਹਿਲਵਾਨ ਮੱਤੇ ਨੰਗਲ ਦੇ ਸ਼ੀਨਾ ਲਦੇ ਬਾਬਾ ਜੀ ਜਿਹੜੇ ਸੌਣ ਦੇ ਅੱਗੇ ਖੜੇ ਨਾ ਤੁਸੀਂ ਕਿਰਪਾ ਕਰਕੇ ਬੇਨਤੀ ਕਰ ਦਈਏ ਜਾਂ ਬਹਿ ਜਾਣ ਤੇ ਜਾਂ ਕਹਿੰਦੇ ਸਾਈਡ ਨੂੰ ਹੋ ਜਾਣ ਬੜੀ ਮਿਹਰਬਾਨੀ ਬਿੰਦਾ ਪਹਿਲਵਾਨ ਮੱਤੇ ਨੰਗਲ ਦੇ ਸ਼ੀਨਾ ਲਦੇ ਬਿੰਦੇ ਆ ਜਲਦੀ ਯਾਰ ਕਿਉਂਕਿ ਅੱਜ ਕਮੇਟੀ ਸਖਤ ਹੈ ਕਾਬਲ ਪਹਿਲਵਾਨ ਜੀ ਕਹਿੰਦੇ ਜਦੋਂ ਆਪਾਂ ਕੁਸ਼ਤੀ ਬੋਲਦੇ ਆ ਨਾ ਜੇ ਪਹਿਲਵਾਨ 5 ਮਿੰਟ ਦੇ ਵਿੱਚ ਅਖਾੜੇ ਦੇ ਵਿੱਚ ਆਉਂਦੇ ਆ ਨਹੀਂ ਤੇ ਕੁਸ਼ਤੀ ਕਹਿੰਦੇ ਕੈਂਸਲ ਕਰ ਦਿਓ ਰੂਲ ਐਂਡ ਰੈਗੂਲੇਸ਼ਨ ਉਹ ਕਹਿੰਦੇ ਵੀ ਪਿੰਦਾ ਉਹ ਪਿੰਦਾ ਪਹਿਲਵਾਨ ਕੋਹਾਲੀ ਵਾਲਾ ਇਸ ਸਮੇਂ ਲੰਗੋਰ ਤੋਂ ਪੜਦਾ ਹੋਇਆ ਇਹ ਅੱਧਾ ਮੀਟਰ ਕੱਪੜਾ ਜਾਤ ਦੇ ਸੱਤ ਦਾ ਪ੍ਰਤੀਕ ਹੈ ਮੱਲ ਬਣਨੇ ਲਈ ਪੈਂਦਾ ਲੋਕੋ ਜਾਤ ਸੱਤ ਪੂਰਾ ਰੱਖਣਾ ਡੋਰ ਲੰਗੋਟ ਵਾਲੀ ਦੇ ਤਾਈ ਪੈਂਦਾ ਪੂਰਾ ਕੱਸਣਾ ਜਿਵੇਂ ਰਹਿੰਦੇ ਸੰਨਿਆਸੀ ਜੋਗੀ ਰਹਿਣਾ ਪੈਂਦਾ ਇੰਜ ਜਿਹਦੇ ਵਿੱਚ ਮੱਲ ਘੁਲਦੇ ਉਹਨੂੰ ਕਹਿੰਦੇ ਛਿੰਜ ਜਿਹਦੇ ਵਿੱਚ ਮੱਲ ਘੁਲਦੇ ਉਹਨੂੰ ਕਹਿੰਦੇ ਛਿੰਜ ਕਿ ਮੱਲ ਨੇ ਪਛਾਣੇ ਜਾਂਦੇ ਮਲੇ ਹੋਏ ਕੰਨਾਂ ਤੋਂ ਉਹ ਪਿੰਦਾ ਜਿੱਤ ਗਿਆ ਪਿੰਦਾ ਜਿੱਤ ਗਿਆ ਸੁਖਮਨ ਹੁਣ ਦੇਰੀ ਕਿਹੜੀ ਗੱਲ ਦੀ ਭਲਵਾਨਾ ਕਿਉਂਕਿ ਕਮੇਟੀ ਬੜੀ ਸਖਤ ਹੈ ਬਿੰਦਾ ਮੱਤੇ ਨੰਗਲ ਆ ਗਿਆ ਤੇ ਸ਼ੀਨਾ ਪੁੱਜੇ ਲਦੇ ਸ਼ੀਨਾ ਪਹਿਲਵਾਨ ਲਦੇ ਪੁੱਜਿਆ ਵੀਰ ਜੀ ਪਰਚੀ ਫਾਲੋ ਬਿੰਦਾ ਪਹਿਲਵਾਨ ਮੱਤੇ ਨੰਗਲ ਪੁੱਜ ਗਿਆ ਸ਼ੀਨਾ ਲਦੇ ਪੁੱਜੇ ਇਧਰਲੇ ਪਾਸੇ ਮੁੰਡਿਆਂ ਦਾ ਪੂਰਾ ਪੂਰਾ ਜ਼ੋਰ ਲੱਗ ਗਿਆ ਹੈ ਕਿ ਮੁੜਕੋ ਮੁੜਕੀ ਹੋ ਗਿਆ ਦੇਖੋ ਜ਼ੋਰ ਚੋਬਰਾਂ ਦਾ ਕੰਡਾ ਵੀ ਨਹੀਂ ਚੋਬਦਾ ਜਿਸਮ ਕਠੋਰ ਚੋਬਰਾਂ ਦਾ ਚੜੀ ਜਵਾਨੀ ਗਰਮ ਖੂਨ ਲਲਕਾਰੇ ਤਾਂ ਵੱਜਦੇ ਤੇ ਰਾਜੇ ਖੇਲੇ ਮਰਦ ਮਦਾਨੋਂ ਡਰ ਕੇ ਨਹੀਂ ਭੱਜਦੇ ਸਾਹਿਲ ਪਹਿਲਵਾਨ ਗੋਲਬਾਗ ਤੇ ਵਾਸੂ ਰਾਜਾ ਸਾਂ ਸੀ ਇਹੀ ਪਹਿਲਵਾਨ ਤਿਆਰ ਹੋ ਗਏ ਪੁੱਜਣ ਅਖਾੜੇ ਦੇ ਵਿੱਚ ਪਰਚੀ ਉਹਨਾਂ ਕੋਲ ਹੀ ਆ ਕਮੇਟੀ ਕੋਲ ਹੀ ਆ ਕੋਈ ਗੱਲ ਨੀ ਵੀਰ ਜੀ ਸ਼ੀਨਾ ਪਹਿਲਵਾਨ ਹੱਥ ਖੜਾ ਕਰੇ ਇਹ ਹੈ ਸ਼ੀਨਾ ਪਹਿਲਵਾਨ ਲਦੇ ਤੇ ਦੂਜੇ ਪਾਸੇ ਬਿੰਦਾ ਪਹਿਲਵਾਨ ਮੱਤੇ ਨੰਗਲ ਕਾਬਲ ਪਹਿਲਵਾਨ ਜੀ ਦਾ ਪੱਠਾ ਰਾਜੂ ਠੇਕੇਦਾਰ ਦਾ ਪੁੱਤਰ ਉਹ ਸਾਹਮਣੇ ਬੱਲੇ ਬੱਲੇ ਗੁਰਵਿੰਦਰ ਪਹਿਲਵਾਨ ਕੋਹਾਲੀ ਦੇ ਗੋਰਾ ਗੋਲਬਾਗ ਦੋ ਦੋ ਕੁਸ਼ਤੀਆਂ ਛੱਡਣੀਆਂ ਨੇ ਗੁਰਵਿੰਦਰ ਪਹਿਲਵਾਨ ਕੋਹਾਲੀ ਤੇ ਗੋਰਾ ਗੋਲਬਾਗ ਗੁਰਵਿੰਦਰ ਪਹਿਲਵਾਨ ਹੱਥ ਖੜਾ ਕਰਦੇ ਸੁਖਮਨ ਪਹਿਲਵਾਨ ਕੋਹਾਲੀ ਦੇ ਵਿਕਾਸ ਡੇਰਾ ਬਾਬਾ ਨਾਨਕ ਹੈਗੀ ਪਰਚੀ ਜੀ ਸਾਹਿਲ ਪਹਿਲਵਾਨ ਗੋਲਬਾਗ ਤੇ ਵਾਸੂ ਰਾਜਾ ਸਾਂ ਸੀ
क्योंकि मैंबर साहब रब ने कहते जेब भी खब्बे पासे लाई है ते दिल भी खब्बे पासे लाया। कोई गल नहीं पाला पहलवान जी तुहाडा ही है, पाला पहलवान जी वड्डे माण करके है, होर भी वीरां वल्लों पुज्जे है। इधरले पासे कुश्तियां चलदियां होईआं और कहते पूरा जोर लगदा होया, ढोल कहते वजदा होया, शीना पहलवान लदे थले है ते बिंदा पहलवान उपर है। इंद्रवीर एक बार सन्नी भलवान संपर्क कर आ गए यार, इंद्रवीर सहसरा पुजेगा। आ हो गई जी बाकी सारिया बीजी, ये मेरे को साहिल पहलवान गोरबाग ते वासु राजा सांसी, सुखमन पहलवान कोहाली ते विकास डेरा बाबा नानक। पम्मा पहलवान जी डेरा बाबा नानक ते बिंदर पहलवान गिंदर पहलवान लल्लिया गढ़ शंकर, सुख पहलवान बब्बे हरी ते गगू पहलवान फगवाड़ा। पहलवान जी लाइए लंगोड़ लाइए गेड़ी, आओ वड्डी कुश्ती दे जमे मल उठन, आओ नाल कमेटी पंचायत नूं बेनती है कि पहलवाना की गेड़ी लवा दो, भुलिए गुस्से नूं छड़ दे हौली हौली वजाला मेरा वीर, तेरा भी धन्नवाद है। आओ शीने की कुश्ती चलती हुई दूजे पासे बिंदा मत्ते नंगल वाला ते सुखमन, वाजा मारियां बुलाया कई बार मैं पर तू मेरी गल ना सुनी। कमेटी कहती है प्या कहते मेले दे विच हर तरह की संगत है। इंद्रवीर सहसरा दे सुखमन कोहाली भलवाना, मैं ते कह रहा भलवान मैनू कही जा रहा भलवान जी उधर संपर्क करो। सुखमन ने नाल हुण विकास आपा करता जी, क्योंकि पहलवान वधिया इंद्रवीर किसे वेले बंदा फिट नहीं हुंदा। सुखमन पहलवान कोहाली ते विकास डेरा बाबा नानक, वासु पहलवान राजा सांसी ते साहिल गोलबाग, इही पहलवान अखाड़े दे विच पुज्जण ते वड्डी कुश्ती दे सारे मल कृपा करके लंगोट ला लैण। जिहदे लग जे लंगोटा मल हुंदा नहीं उह छोटा, जिहदे लग जे लंगोटा मल हुंदा नहीं छोटा। भलवान जी नजारे लैण दिओ मुंडे नूं, उधर एक वीर है मौजी है साडे वर्गा घुम्मण फिरन डिआ है, कहिंदे ना तेरी ना मेरी दुनिया दुनिया निरी चमेला, काम वाले कोल फुरसत है नहीं मौज उड़ावे मेला, चोर मचके बने चौधरी गुरु कहावे चेला, दुध मलाइया बाबे खा गए खाली पिया तबेला, पहला ता परहेज नहीं कीता हुण मंग दे गजरेला, के मिठा खा खा शुगर होगी खाना पिया करेला, सौ बंदर जे हुण लड़ाउणे एक दिखा दे केला, के मौजा लुट मित्रा हे चलो चली दा मेला, के मौजा लुट मित्रा। वासु बुझ गया ते साहिल पुजे अखाड़े दे विच, साहिल कट्टा गोलबाग आ भी पर्चियां फलो वीर जी, बहुत बहुत मेहरबानी। वासु पहलवान राजा सांसी ते साहिल पहलवान खट्टा खाड़ा गोलबाग, विकास पहलवान विकास पहलवान डेरा बाबा नानक, विकास पहलवान डेरा बाबा नानक, सुखमन कोहाली यही पहलवान पुजन अखाड़े दे विच, यही पहलवान अखाड़े दे विच पुजन नाल वड्डी कुश्ती दे मल, वही कृपा करके तैयार बार तैयार रहन, वड्डी कुश्ती दे मल भी कृपा करके तैयार बार तैयार रहन। लो पम्मा पहलवान पुज गया, भलवान जी दिओ अखाड़े नूं सलामी। नाल धर्म सिंह जी पहलवान बैठे हुए है, हरजिंदर सिंह जी पहलवान साडी जिंदगी दे माण, 250 दे करीब मोटरसाइकिल जितया, एक वारी ताड़ी मार दिओ मेरे वीरियो। पंजाब केसरी है, भारत केसरी है, हिमाचल केसरी है, चंबा केसरी है, और कहिंदे बड़े सन्मान है। हर्ष पहलवान भागोवाल ते इंद्रवीर सहसरा, आकाश पहलवान भागोवाल ते इंद्रवीर सहसरा, उधरले पासे गुरबाज वीर जी संपर्क करो सन्नी भलवान दे नाल, इधरले पासे काले रंग दे लंगोड़ दे विच
साहिल पहलवान कट्टा गोल गवाक जिन्हें एक नीक है पाया है। दूजे पासे वासु पहलवान राजा सासी है विकास आखाड़े दे विच पहलवानी जिन्हों ने कीती जी ला के वह बुलटा उत्ते चढ़ाते जेबा नोड़ना चलन कोठियां कारा वाले बनाते कहीं दी चक दिती गरीबी कार दिती खुशकी। पहलवाना गर्मी बड़ी है पैसे पहलवाना ने लै जाने है। वाके भी कहते शौक है शौक का कोई मुल नहीं हुंदा। इधरले पासे जेड़ी गेड़ी लगेगी पंजे एक में ना बोलिए भी जी छिंज मेला कमेटी हरजिंदर सिंह जी पहलवान जगबिंदर सिंह जी धर्म सिंह जी पहलवान बिट्टू पहलवान जी सन्नी पहलवान जी गुरमेज सिंह जी हरजिंदर सिंह जी काला पहलवान जोबन सिंह जी राम सिंह जी दोधी बलहार सिंह जी प्रधान काली पहलवान जी काला प्रधान जी अंग्रेज सिंह जी डेरी वाले पम्मा पहलवान जी डेरा बाबा नानक दे गिंदर पहलवान जी लल्लिया इन्हां नूं सिरों पाओ बख्शिश पहलां दित्ती जावेगी बाद विच गेड़ी लगेगी। बहुत वड्डे मल है अंग्रेज सिंह जी डेरी वाले गगन सिंह दीप सिंह जी कमेटी मैंबर उधरले पासे मैनूं लगदा सुखमन पहलवान जित गया जी सुखमन जित गया सुख विकास जितया जी ध्यान पहलवान जी इधर ही सॉरी सॉरी विकास कहिंदे जित गया ताड़ी मार दे मेरे वीरियो ध्यान इधर सी विकास जित गया पहलवान जी सॉरी ढाई इंच की जीभ है तिलक भी जाती है पहलवानी भी रेती कहिंदे इधरले पासे जीभ है ढाई इंच की नाल गगनदीप सिंह जी डेरी वाले सुखविंदर सिंह जी शिंदी पाला पहलवान जी नाल पंचायत सरपंच बघेल सिंह जी सरपंच गुरा सिंह जी सरपंच हरपाल सिंह जी बाबा बसंत सिंह जी मैंबर महल सिंह जी बड्डू दरबारा सिंह जी मैंबर बाबा राम सिंह जी मैंबर सतारा सिंह जी मैंबर सज्जन सिंह जी मैंबर सुखदेव सिंह जी सुखा मैंबर जोड़ू मैंबर गोरा मैंबर परमजीत सिंह जी मैंबर कारज सिंह जी मैंबर जीवन सिंह जी मैंबर सुमित्र सिंह जी मैंबर ते गुरबाज सिंह जी प्रिंसीपल अर्श पहलवान भागोवाल दे इंद्रबीर सिंह राव पहलवान जी विजय पहलवान वल्ला दे बागा लदे विजय पहलवान वल्ला दे बागा लदे विजय पहलवान वल्ला दे बागा लदे सतारा सिंह जी मैंबर अखाड़े दे विच पुजण जिहड़ी सुख बब्बे वाली ते गगू फगवाड़े की कुश्ती है इहदा इनाम है जिहड़े साडे सतारा सिंह जी मैंबर उन्हां वल्लों दित्ता जाएगा सतारा सिंह जी मैंबर उन्हां वल्लों दित्ता जाएगा बहुत तगड़ियां कुश्तियां जोईयां ने पहलवान जी लाइए गेड़ी हाँ पिछे भी पहलवान खड़े है जी मैंबर साहब इधरले पासे पम्मा पहलवान ते गिंदर पहलवान जी भला कोहाली ते अर्जन सैंसरा अर्जन सैंसरा पुजे अखाड़े दे विच मीता पहलवान जी पुजन साडे कोल उहनां दा सन्मान होवेगा एक यादगारी तस्वीर इन्हां कमेटी मैंबरां दे नाल पंचायत दे नाल साडे पहलवान वीरां दी अर्श पहलवान ते इंद्रबीर सैंसरा विजय वल्ला ते बागा लदेव भोला कोहाली ते अर्जन सैंसरा सॉरी सज्जन सैंसरा जी भोला पहलवान कोहाली ते सज्जन सैंसरा वड्डी रुमाली दी गेड़ी लग रही है सारी संगत नूं बेनती है ये हिंदुस्तान की कुश्ती दे वड्डे मल है इन्हां दा वध तों वध सन्मान करियो
यूट्यूब के उपर जाके देख लिया करो भी किदा चीकां कढाउंदे ने पहलवान यूट्यूब दियां जदों कहिंदे कुश्तियां जिंदे ना पम्मे वर्गे गिंदर वर्गे और कहिंदे सुख वर्गे गग्गू वर्गे गल्लां हुंदियां ने दुनिया दे विच हुण वध तों वध सन्मान करियो पहलवानां दा आपां नूं कोई फर्क नहीं पैणा दस पंज वीह पंजाह सौ नाल ते पहलवान बड़े वड्डे पुज्जे है मलकीत पहल उधरले पासे जसकरण सिंह जी पहलवान इसे नगर दा इंडियन आर्मी दे विच भर्ती है प्रिंसीपल सरदार गुरबाज सिंह जी उन्हां दा लखते जिगर बहुत बहुत मुबारक ने नाल प्रिंसीपल साहब मेरे वास्ते भी बहुत सारा सन्मान भेजदे सच्चे पातशाह चढ़दियां कलाकरण तरक्कियां बख्शण लो सामने सज्जन पहलवान सैंसरा परली साइड दे उपर ते भोला कुहाली इधरले पासे आ भी फड़ लो परची वीर जी इंदरवीर आ गया सैंसरे वाला उधर सज्जन दे भोला घुलदे हुए है कदी कहिंदे भी जीते सैंसरे दा वड्डा नाम जिहदा माझे विच जी जन्म होया ते दुनिया फैन बनाई सी हर दूजा बंदा दुनिया ते जिहदी कुश्ती लई छदाई सी ਉਹ ਪਹਿਲਵਾਨੀ ਦਾ ਜੁੱਬਾ ਸੀ ਦੁਨੀਆ ਵਿੱਚ ਬੱਲੇ ਬੱਲੇ ਸੀ ਉਹਨੇ ਚਾਰੇ ਪਾਸੇ ਦੁਨੀਆ ਵਿੱਚ ਇੱਕ ਮਿਹਨਤ ਦੇ ਨਾਲ ਮੱਲੇ ਸੀ ਜੱਗ ਉਹਨਾਂ ਦੇ ਗੁਣ ਗਾਉਂਦਾ ਏ ਜਿਨ੍ਹਾਂ ਕਰਮ ਕੋਈ ਚੰਗੇ ਕੀਤੇ ਆ ਬੜਾ ਦੁਨੀਆ ਦੇ ਵਿੱਚ ਨਾਮ ਸੁਣਿਆ ਪਿੰਡ ਸੈਂਸਰੇ ਵਾਲੇ ਜੀਤੇ ਦਾ ਪਿੰਡ ਸੈਂਸਰੇ ਵਾਲੇ ਜੀਤੇ ਦਾ ਇਧਰਲੇ ਪਾਸੇ ਦੇਖਦੇ ਵੀ ਭਲਵਾਨ ਦਾ ਸਨਮਾਨ ਆਪਾਂ ਕਰ ਦਈਏ ਸੰਨੀ ਵੀਰ ਇਧਰਲੇ ਪਾਸੇ ਸਨਮਾਨ ਆਪਾਂ ਕਰ ਦਈਏ ਭੋਲਾ ਪਹਿਲਵਾਨ ਕੁਹਾਲੀ ਦੇ ਸੱਜਣ ਸੈਂਸਰਾ ਆਕਾਸ਼ ਆ ਨੌਜਵਾਨ ਅਖਾੜੇ ਦੇ ਵਿੱਚ ਕੋਈ ਅਰਸ਼ ਕਹਿੰਦਾ ਕੋਈ ਆਕਾਸ਼ ਕਹਿੰਦਾ ਹੈ ਲਓ ਜੀ ਇਧਰਲੇ ਪਾਸੇ ਸਾਡੇ ਸਤਾਰਾ ਸਿੰਘ ਜੀ ਮੈਂਬਰ ਪੰਚਾਇਤ ਪਹਿਲਾਂ ਵੀ ਬਹੁਤ ਸਾਰਾ ਸਨਮਾਨ ਪੁੱਜਿਆ ਹੁਣ ਵੀ ਪੁੱਜਿਆ ਹੈ ਸਤਿ ਸ੍ਰੀ ਅਕਾਲ ਕਹਿੰਦੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬਾਬਾ ਮਾਹੀ ਸਿੰਘ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰ ਦਈਏ ਕਿ ਇਸ ਵਾਰ ਬੇਟੇ ਦੇ ਬਾਹਰ ਜਾਣ ਦੀ ਖੁਸ਼ੀ ਦੇ ਵਿੱਚ ਇਹ ਕੁਸ਼ਤੀ ਰੱਖੀ ਗਈ ਹੈ ਅਗਲੀ ਵਾਰੀ ਸੱਚੇ ਪਾਤਸ਼ਾਹ ਪਰਮਾਤਮਾ ਮੇਰ ਕਰਨ ਪੀਅਰ ਮਿਲ ਜੇ ਤੇ ਕੁਸ਼ਤੀ ਫੇਰ ਬੰਨਾਂਗੇ ਇੱਕ ਵਾਰੀ ਤਾੜੀ ਮਾਰ ਦਿਓ ਮੇਰੇ ਵੀਰਿਓ ਪਰਮਾਤਮਾ ਦੇ ਘਰੋਂ ਜੋ ਵੀ ਮੰਗੀਏ ਉਹ ਮਿਲਦਾ ਹੈ ਮੇਰੇ ਵੀਰਿਓ ਅਰਦਾਸ ਬੇਨਤੀ ਹੈ ਆਕਾਸ਼ ਪਹਿਲਵਾਨ ਆ ਖਾੜੇ ਦੇ ਵਿੱਚ ਇੱਧਰ ਲਾਈਵ ਚੱਲ ਰਿਹਾ ਵੀਰ ਜੀ ਥੋੜਾ ਸਾਈਡ ਨੂੰ ਹੋ ਜਾਈਏ ਲਾਈਵ ਚੱਲ ਰਿਹਾ ਥੋੜਾ ਸਾਈਡ ਨੂੰ ਜਿਹੜੇ ਵੀਰ ਜੀ ਸਨਮਾਨ ਹੈ ਕਿਰਪਾ ਕਰਕੇ ਕਰ ਦਿਓ ਅਰਸ਼ ਪਹਿਲਵਾਨ ਭਾਗੋਵਾਲ ਤੇ ਇੰਦਰਵੀਰ ਸੈਂਸਰਾ ਇੰਦਰਵੀਰ ਪੁੱਜ ਰਿਹਾ ਉਧਰਲੇ ਪਾਸੇ ਪੰਮੇ ਪਹਿਲਵਾਨ ਦੀ ਗੇੜੀ ਲੱਗ ਰਹੀ ਹੈ ਸਾਰੇ ਪਹਿਲਵਾਨਾਂ ਦੀ ਵੱਧ ਤੋਂ ਵੱਧ ਸਨਮਾਨ ਹੈ ਜਿਹੜਾ ਕਰਿਓ ਇਹਨਾਂ ਪਹਿਲਵਾਨਾਂ ਦਾ ਹਿੰਦੁਸਤਾਨ ਦੀ ਕੁਸ਼ਤੀ ਦੇ ਵੱਡੇ ਮੱਲ ਔਰ ਕਹਿੰਦੇ ਤਗੜਾ ਨਾਮ ਪਹਿਲਵਾਨੀ ਦੇ ਵਿੱਚ ਕਿ ਪਹਿਲਵਾਨੀ ਤਾਂ ਲੋਹੇ ਦੇ ਚਣੇ ਹੁੰਦੇ ਸੁੱਚੇ ਦੰਦਾਂ ਨਾਲ ਇਹ ਚਬਾਏ ਜਾਂਦੇ ਜਦੋਂ ਪੈਣ ਬਰਾਬਰ ਦੇ ਜੋੜ ਮੀਆਂ ਅੱਖ ਚੋਰ ਦੇ ਵਾਂਗ ਚਰਾਏ ਜਾਂਦੇ ਭਲਵਾਨਾਂ ਚਪੇੜਾਂ ਤੇ ਏਦਾਂ ਮਾਰਨੇ ਜੇ ਇੱਕ ਦੂਜੇ ਨੂੰ ਜਿੱਦਾਂ ਸਟਾਟਰ ਲਾਉਂਦਾ ਫੜ ਲਿਆ ਇਹ ਭਲਵਾਨੀ ਹੈ ਧੌਲਾ ਵਾ ਗੁੱਸੇ ਨਾਲ ਨਹੀਂ ਕਹਿੰਦੇ ਗੁੱਸਾ ਆਇਆ ਤੇ ਅਕਲ ਗਈ ਰੌਂਦ ਗਵਾਇਆ ਤੇ ਰਫਲ ਗਈ ਗੁੱਸੇ ਨਾਲ ਕਹਿੰਦੇ ਭਾਵੇਂ ਪਿਆਰ ਨਾਲ ਭਾਵੇਂ ਮਿਰਚਾਂ ਵੇਚ ਲਓ ਗੁੱਸੇ ਵਾਲੇ ਬੰਦੇ ਦੀ ਖੰਡ ਵੀ ਨਹੀਂ ਵਿਕਦੀ ਇਧਰਲੇ ਪਾਸੇ ਅਰਸ਼ ਪਹਿਲਵਾਨ ਭਾਗੋਵਾਲ ਪੀਏਪੀ ਇਹ ਦੂਜੇ ਪਾਸੇ ਇੰਦਰਵੀਰ ਪਹਿਲਵਾਨ ਸੈਂਸਰਾ ਇਹ ਕੁਸ਼ਤੀ ਕਹਿੰਦੇ ਜੇ ਹਿਮਾਚਲ ਦੇ ਵਿੱਚ ਆਪਾਂ ਦੇਖਣੀ ਹੁੰਦੀ ਦੁਆਬੇ ਦੇ ਵਿੱਚ ਦੇਖਣੀ ਹੁੰਦੀ ਔਰ ਕਹਿੰਦੇ ਵੀ ਪਹਾੜਾਂ ਦੇ ਵਿੱਚ ਦੇਖਣੀ ਹੁੰਦੀ ਤੇ 50,000 ਤੋਂ ਘੱਟ ਨਹੀਂ ਸੀ ਦੇਖਣ ਨੂੰ ਮਿਲਦੀ ਪਰ ਸੰਨੀ ਹੁਣਾਂ ਦਾ ਪਿਆਰ ਹੈ ਭਲਵਾਨਾਂ ਦੇ ਨਾਲ ਧਰਮ ਸਿੰਘ ਪਹਿਲਵਾਨ ਹੁਣਾਂ ਦਾ ਪਿਆਰ ਹੈ ਭਲਵਾਨਾਂ ਦੇ ਨਾਲ ਹਰਜਿੰਦਰ ਸਿੰਘ ਹੁਣਾਂ ਦਾ ਪਿਆਰ ਹੈ ਤੇ ਅੱਜ ਭਲਵਾਨ
ਜਾਰੀਆਂ ਪਗਾਉਣ ਦੇ ਲਈ ਪੁੱਜੇ ਆ, ਪੈਸੇ ਲਈ ਨਹੀਂ ਪੁੱਜੇ। ਧੰਨਵਾਦ। ਲੀਡਰਲੇ ਪਾਸੇ ਮੇਰੀ ਕਮੇਟੀ ਨੂੰ ਤੇ ਪੰਚਾਇਤ ਨੂੰ ਬੇਨਤੀ ਹੈ ਜੀ, ਆ ਵੀ ਕੁਸ਼ਤੀ ਛਡਾ ਦੀਏ, ਏਦਾਂ ਹੀ ਕਰਾ ਦੀਏ। ਸੰਨੀ ਵੀਰ ਜੀ, ਅਰਸ਼ ਹੱਥ ਖੜਾ ਕਰਦੇ ਪਰਲੇ ਪਾਸੇ, ਅਰਸ਼ ਭਾਗੋਵਾਲ ਜਿੱਥੋਂ ਦਾ ਕਹਿੰਦੇ ਦੰਗਲ ਬੜਾ ਮਸ਼ਹੂਰ ਹੈ। ਇਧਰਲੇ ਪਾਸੇ ਇੰਦਰਵੀਰ ਹੈ ਸੈਂਸਰੇ ਵਾਲਾ, ਇਹ ਕਹਿੰਦੇ ਹਿੰਦੁਸਤਾਨ ਦੀ ਕੁਸ਼ਤੀ ਦੇ ਦੋ ਚੋਟੀ ਦੇ ਮੱਲ ਹੈ। ਪਰਲੇ ਪਾਸੇ ਅਰਸ਼ ਹੈ ਜਿਸ ਧਰਤੀ ਨੇ ਕਹਿੰਦੇ ਵੀ ਕਦੀ ਕੋਲੇ ਪਹਿਲਵਾਨ ਵਰਗੇ ਵੱਡੇ ਮੱਲ ਪੈਦਾ ਕੀਤੇ ਹੈ। ਵੱਡੀ ਕੁਸ਼ਤੀ ਦੇ ਚਵੇਂ ਪਹਿਲਵਾਨ ਤਿਆਰ ਬਰ ਤਿਆਰ ਰਹਿਣ, ਵੱਡੀ ਕੁਸ਼ਤੀ ਦੇ ਚਵੇਂ ਪਹਿਲਵਾਨ ਤਿਆਰ ਬਰ ਤਿਆਰ ਰਹਿਣ। ਇਧਰਲੇ ਪਾਸੇ ਦੇਖਦੇ ਆ ਵੀ ਬਹੁਤ ਵਧੀਆ ਕੁਸ਼ਤੀ ਚੱਲਦੀ ਹੋਈ ਹੈ, ਨਾਲ ਕਹਿੰਦੇ ਵੀ ਸਾਡੇ ਜਥੇਬੰਦੀਆਂ ਦੇ ਝੰਡੇ ਜਿਹੜੇ ਮੈਦਾਨ ਦੇ ਚਫੇਰੇ ਝੂਲ ਰਹੇ ਹੈ, ਔਰ ਕਹਿੰਦੇ ਵੀ ਸਾਡਾ ਸਬੂਤ ਦੇ ਰਹੇ ਹੈ ਕਿ ਕਿਸਾਨ ਤੇ ਮਜ਼ਦੂਰ ਏਕਤਾ ਜਿੰਦਾਬਾਦ। ਕਿੱਥੋਂ ਚੰਗੀ ਸਰਕਾਰੇ ਤੈਨੂੰ ਕਹਿ ਦਈਏ, ਸੁਖੀ ਲੋਪੋ ਕਿਵੇਂ ਚੁੱਪ ਕਰ ਬਹਿ ਜਾਈਏ, ਸਾਡੀ ਚੜ੍ਹਦੀ ਜਵਾਨੀ ਲਾਤੀ ਚਿੱਟੇ ਤੇ, ਉਹ ਦਾਦੇ ਲਾਈ ਰੱਖੇ ਆ ਸ਼ਰਾਬ ਤੇ, ਦਿੱਲੀ ਬੋਲਣ ਪੰਜਾਬੀ ਭਾਸ਼ਾ ਮਾਰਤੀ, ਹੁਣ ਅੱਖ ਰੱਖੀ ਬੈਠੇ ਹੋ ਪੰਜਾਬ ਤੇ, ਉੱਠ ਜਾਗ ਜਵਾਨਾਂ ਓਏ, ਪੈ ਗਏ ਸਿਰ ਤੇ ਮਾਮਲੇ ਭਾਰੇ, ਹੈ ਦਰਦ ਕਿਸਾਨੀ ਦਾ ਤੇਰੇ ਦਿਲ ਨੂੰ ਹਲੂਣੇ ਮਾਰੇ, ਸਾਨੂੰ ਇਕਜੁੱਟ ਹੋ ਕੇ ਬਈ ਪੈਣੀ ਲੀਕ ਹੱਕਾਂ ਲਈ ਖਿੱਚਣੀ, ਦਿੱਲੀ ਦਾ ਤਖਤ ਹਿਲਾ ਦਿਓ ਜੀ ਰਾਜੇ ਖੇਲੇ ਜੇ ਜੰਗ ਜਿੱਤਣੀ, ਦਿੱਲੀ ਦਾ ਤਖਤ ਹਿਲਾ ਦਿਓ ਜੀ ਰਾਜੇ ਖੇਲੇ ਜੇ ਜੰਗ ਜਿੱਤਣੀ। ਔਰ ਕਹਿੰਦੇ ਵੀ ਇਧਰਲੇ ਪਾਸੇ ਹਰਜਿੰਦਰ ਸਿੰਘ ਜੀ ਕਾਲਾ ਪਹਿਲਵਾਨ ਵੱਡੇ ਮਾਣ ਭੇਜਦੇ ਹੈ। ਇੰਦਰਵੀਰ ਤੇ ਅਰਸ਼ ਜੀ ਕਹਿੰਦੇ ਕੁਸ਼ਤੀ ਆਰ ਪਾਰ ਦੀ ਹੋਵੇਗੀ, ਵੱਡੀ ਕੁਸ਼ਤੀ ਦੇ ਚਵੇਂ ਪਹਿਲਵਾਨ ਤਿਆਰ ਹੋ ਗਏ ਅਖਾੜੇ ਦੇ ਵਿੱਚ ਪੁੱਜਣ। ਇਧਰਲੇ ਪਾਸੇ ਪਾਲਾ ਪਹਿਲਵਾਨ ਜੀ ਪੂਰਾ ਯੁੱਧ ਹੋ ਗਿਆ ਮੁੰਡਿਆਂ ਦਾ, ਵਾਕੇ ਜਿਹੜੇ ਕੁਸ਼ਤੀ ਨੂੰ ਪਿਆਰ ਕਰਦੇ ਜਿਹਨਾਂ ਨੂੰ ਕੁਸ਼ਤੀ ਦੀ ਨੌਲੇਜ ਹੈ ਨਾ, ਜਦੋਂ ਕਹਿੰਦੇ 20 ਮਿੰਟ ਕੁਸ਼ਤੀ ਹੋ ਜਾਂਦੀ ਹੈ ਨਾ, ਉਹ ਕਹਿੰਦੇ ਪੂਰਾ ਯੁੱਧ ਹੋ ਜਾਂਦਾ ਹੈ। ਇੱਕ ਵਾਰੀ ਦੋਨਾਂ ਭਲਵਾਨਾਂ ਦੇ ਲਈ ਤਾੜੀ ਮਾਰ ਦਿਓ ਮੇਰੇ ਤੇ ਵੀਰਿਓ, ਉਹ ਕਹਿੰਦੇ ਦੋਨਾਂ ਭਲਵਾਨਾਂ ਦੇ ਲਈ ਤਾੜੀ ਮਾਰ ਦਿਓ ਮੇਰੇ ਵੀਰਿਓ। ਇਹ ਕੁਸ਼ਤੀ ਦੰਗਲ ਤੋਲੇ ਨੰਗਲ ਦੀ ਧਰਤੀ ਤੇ ਨੌਲੇ ਫੜਕਦੇ ਸ਼ੇਰ ਬਹਾਦਰਾਂ ਦੇ ਮਲ ਮੁੱਕਦੇ ਵਿੱਚ ਮੈਦਾਨ ਆ ਗਏ, ਫੌਜੀ ਬੁੱਕਣ ਜੋ ਦੇਖਦਿਆਂ ਬਾਰਡਰਾਂ ਤੇ, ਕਿਸਾਨ ਬੁੱਕਣ ਜੋ ਦਿੱਲੀ ਦੀਆਂ ਬਾਰਡਰਾਂ ਦੇ, ਅੱਜ ਜੰਗ ਖਦਾਬੀ ਹੋਣ ਲੱਗਾ, ਦੋਹਾਂ ਪਾਸੇ ਜਵਾਨੀ ਨੱਚਦੀ ਏ, ਤੇੜੇ ਵਾਲਿਆ ਲਿਖੇ ਇਤਿਹਾਸ ਜਾਣੇ ਚਰਚਾ। ਕਹਿੰਦੇ ਵੀ ਤੋਲੇ ਨੰਗਲ ਦੇ ਇਸ ਦੰਗਲ ਦੇ ਵਿੱਚ ਅੱਤਦੀ ਏ, ਉਹ ਕਹਿੰਦੇ ਸੱਜਣ, ਉਹ ਕਹਿੰਦੇ ਸੱਜਣ, ਉਹ ਕਹਿੰਦੇ ਸੱਜਣ, ਇਹ ਸ਼ਿੰਦੇ ਪਹਿਲਵਾਨ ਦਾ ਪੱਠਾ ਗੁਰਪਾਲ ਦਾ ਪੱਠਾ। ਪਾਲੇ ਭਲਵਾਨ ਜੀ ਇਧਰ ਵੀ ਧਿਆਨ ਦਿਓ, ਪਾਲੇ ਭਲਵਾਨ ਜੀ ਸੁਖ ਪਹਿਲਵਾਨ ਬੱਬੇ ਹਾਲੀ ਦੇ ਗੱਗੂ ਪਹਿਲਵਾਨ ਪੁੱਜੇ ਫਗਵਾੜਾ ਅਖਾੜੇ ਦੇ ਵਿੱਚ, ਇਹ ਕੁਸ਼ਤੀ ਹੋਵੇਗੀ ਸੁਖ ਪਹਿਲਵਾਨ ਬੱਬੇ ਹਾਲੀ ਤੇ ਗੱਗੂ ਪਹਿਲਵਾਨ ਫਗਵਾੜਾ। ਉਹ ਕਹਿੰਦੇ ਪੂਰਾ ਐਂਡ ਹੋ ਗਿਆ ਕਿ ਚਿੱਬ ਕੱਢ ਕੇ ਯਾਰਾਂ ਨੇ ਕਿੱਲ ਗੱਡ ਕੇ ਕੀਤੀ ਠੋਕ ਕੇ ਤਸੱਲੀ ਵਾਲੀ ਝੰਡ ਮਿੱਤਰੋ, ਰਾਜੇ ਖੇਲੇ ਅੱਤ ਦਾ ਵੀ ਸਿਰਾ ਹੋ ਗਿਆ, ਝੜਗੀ ਸਰੀਰਾਂ ਵਾਲੀ ਕੰਡ ਮਿੱਤਰੋ, ਝੜਗੀ ਸਿਰਿਆ। ਹੋ ਇੰਦਰਵੀਰ ਦੀ ਕੁਸ਼ਤੀ ਲਈ ਤਾੜੀ ਮਾਰ ਦਿਓ ਵੱਡੇ ਮੱਲ। ਉਹ ਕਹਿੰਦੇ ਜੁੱਟ ਹੋ ਗਿਆ ਕੈਮਰੇ ਵਾਲਿਆ ਫੜੀ, ਉਹ ਕੈਮਰੇ ਵਾਲਿਆ ਫੜੀ, ਉਹ ਝੋਟੇ ਭਿੜ ਪਏ, ਉਹ ਝੋਟੇ ਭਿੜ ਪਏ, ਉਹ ਸਾਹਣ ਭਿੜ ਪਏ, ਔਖਾ ਸ਼ੇਰ ਜਿਹਾ ਬਣਨਾ, ਸ਼ੇਰ ਕਹਾਉਣਾ ਸੌਖਾ ਏ, ਸਾਹਣ ਸਿੰਘਾਂ ਤੋਂ ਫੜਨਾ ਤੇ ਫੜ ਕੇ ਢਾਉਣਾ ਔਖਾ ਏ, ਫੜ ਕੇ ਢਾਉਣਾ ਔਖਾ ਏ। ਉਧਰਲੇ ਪਾਸੇ ਭਲਵਾਨ ਜੀ ਇਧਰਲੇ ਪਾਸੇ ਕੁਸ਼ਤੀ ਲੈ ਗਏ ਹੋ, ਮੇਰੇ ਵਾਸਤੇ ਬਹੁਤ ਸਾਰਾ ਸਨਮਾਨ। ਬਿਕਰਮਜੀਤ ਸਿੰਘ ਜੀ ਕੈਨੇਡਾ, ਦਇਆ ਸਿੰਘ ਜੀ ਫਰਾਂਸ, ਸੰਤ ਸਿੰਘ ਜੀ ਗ੍ਰੀਸ, ਇਹਨਾਂ ਪੰਜਾਬੀ ਬੋਲਾਂ ਤੋਂ ਖੁਸ਼ ਹੋ ਕੇ ਭੇਜਦੇ ਹੈ। ਬਿਕਰਮਜੀਤ ਸਿੰਘ ਜੀ ਕੈਨੇਡਾ, ਦਇਆ ਸਿੰਘ ਜੀ ਫਰਾਂਸ ਤੇ ਸੰਤ ਸਿੰਘ ਜੀ ਗ੍ਰੀਸ, ਗੁੱਗੂ ਪਹਿਲਵਾਨ ਤੇ ਸੁੱਖ ਪੁੱਜਣ ਅਖਾੜੇ ਦੇ ਵਿੱਚ।
ਗੁੱਗੂ ਪਹਿਲਵਾਨ ਤੇ ਸੁੱਖ ਪੁੱਜਣ ਅਖਾੜੇ ਦੇ ਵਿੱਚ ਗਿੰਦਰ ਪਹਿਲਵਾਨ ਜੀ ਨਾਲ ਹੀ ਤਿਆਰੀ ਕਰ ਲਓ ਗਿੰਦਰ ਪਹਿਲਵਾਨ ਜੀ ਨਾਲ ਹੀ ਤਿਆਰੀ ਕਰ ਲਓ ਸਟੰਟ ਵੀ ਹੋਣੇ ਆ ਲੈ ਇਧਰਲੇ ਪਾਸੇ ਵੀ ਕਹਿੰਦੇ ਪੂਰੀ ਬੱਲੇ ਬੱਲੇ ਆਹ ਅਖਾੜੇ ਦੇ ਵਿੱਚ ਹੁੰਦੀ ਹੈ ਟਾਈਮ ਬਿਲਕੁਲ ਸਾਡੇ ਕੋਲ ਘੱਟ ਹੈ ਟਾਈਮ ਕਹਿੰਦੇ ਬਿਲਕੁਲ ਸਾਡੇ ਕੋਲ ਘੱਟ ਹੈ ਬਹੁਤ ਤਗੜੇ ਮੱਲ ਪੁੱਜੇ ਹੋਏ ਹੈ ਇਧਰਲੇ ਪਾਸੇ ਸਾਡੇ ਵੀਰ ਕਹਿੰਦੇ ਵੀ ਕੁਸ਼ਤੀ ਆਰ ਪਾਰ ਦੀ ਲੈਣੀ ਹੈ ਇਧਰਲੇ ਪਾਸੇ ਅਰਸ਼ ਹੋਰ ਦੂਜੇ ਪਾਸੇ ਦੇਖਦੇ ਇੰਦਰਵੀਰ ਸੈਂਸਰਾ ਪੂਰਾ ਜ਼ੋਰ ਲੱਗ ਗਿਆ ਨਾ ਭਲਵਾਨਾਂ ਦਾ ਤੋਲੀਆ ਬਹਿ ਜਾ ਹੁਣ ਮੇਰਾ ਵੀਰ ਕੁਸ਼ਤੀ ਇੰਦਰਵੀਰ ਕਹਿੰਦੇ ਆਰ ਪਾਰ ਦੀ ਲੈਣੀ ਭਾਵੇਂ ਵੀਹ ਮਿੰਟ ਹੋ ਜਾਏ ਤੇ ਭਾਵੇਂ ਪੱਚੀ ਤੇ ਭਾਵੇਂ ਅੱਧਾ ਘੰਟਾ ਉਧਰ ਵੀ ਤੋਲੇ ਨੰਗਲ ਵਾਲੇ ਆ ਨਾਪ ਤੋਲ ਕੇ ਕੁਸ਼ਤੀ ਲੈਂਦੇ ਆ ਕਿਉਂਕਿ ਸੌ ਸੌ ਪੰਜਾਹ ਜਾਂ ਪੰਜ ਪੰਜ ਸੌ ਹਜ਼ਾਰ ਪਿੰਡਾਂ ਦੇ ਵਿੱਚੋਂ ਨਗਰਾਂ ਦੇ ਵਿੱਚੋਂ ਇਕੱਠਾ ਕੀਤਾ ਤੇ ਐਨ ਕਹਿੰਦੇ ਪੂਰਾ ਜ਼ੋਰ ਲਵਾ ਕੇ ਦੇਣੇ ਆ ਉਹਦੇ ਵਾਕੇ ਕਹਿੰਦੇ ਵੀ ਆਪਾਂ ਥੱਲੜੀ ਪਹਿਲਾਂ ਡੱਡੇ ਦੀ ਗੱਲ ਕੀਤੀ ਆ ਵੀਰ ਜੀ ਦਸ ਦਸ ਹਜ਼ਾਰ ਵਾਕੇ ਵੀਹ ਵੀਹ ਹਜ਼ਾਰ ਇਸ ਨਗਰ ਦੇ ਉੱਪਰ ਬੜੀ ਕਿਰਪਾ ਹੈ ਸੰਤਾਂ ਦੀ ਉਹ ਥਾਪੀਆਂ ਵੱਜਦੀਆਂ ਇਹੋ ਥਾਪੀਆਂ ਵੱਜਦੀਆਂ ਜਿਵੇਂ ਸਿਆਣੀ ਬੁੜੀ ਮੱਝ ਚੋ ਕੇ ਮਾਰਦੀ ਹੈ ਉਹ ਕਹਿੰਦੇ ਪੂਰਾ ਜ਼ੋਰ ਸਰਦਾਰ ਚਮਕੌਰ ਸਿੰਘ ਜੀ ਪੁਰਤਗਾਲ ਵਾਲੇ ਇੱਕ ਮਿੰਟ ਵੀਰ ਜੀ ਦੱਸ ਦਿਆ ਕਰੋ ਨਾ ਪੂਰੀ ਡਿਟੇਲ ਚਮਕੌਰ ਸਿੰਘ ਜੀ ਪੁਰਤਗਾਲ ਵਾਲੇ ਸਨ ਆਫ ਸਰਦਾਰ ਸਤਾਰਾ ਸਿੰਘ ਜੀ ਮੈਂਬਰ ਉਹਨਾਂ ਵੱਲੋਂ ਕਹਿੰਦੇ ਕੁਸ਼ਤੀ ਕਰਾਈ ਜਾ ਰਹੀ ਹੈ ਇਸ ਵਾਰ ਕਹਿੰਦੇ ਮੇਰੇ ਵੀਰੋ ਇਹ ਕੁਸ਼ਤੀ ਪੁੱਤਰ ਦੇ ਬਾਹਰ ਜਾਣ ਦੀ ਖੁਸ਼ੀ ਦੇ ਵਿੱਚ ਹੈ ਅਗਲੇ ਸਾਲ ਮੈਂਬਰ ਸਾਹਿਬ ਕਹਿੰਦੇ ਹੈ ਪਰਮਾਤਮਾ ਪੀਅਰ ਦੇ ਦੇਣਾ ਹੋਰ ਵੀ ਕਹਿੰਦੇ ਵੱਡੀਆਂ ਕੁਸ਼ਤੀਆਂ ਕਰਾਵਾਂਗੇ ਹੋਰ ਵੀ ਵੱਡਾ ਯੋਗਦਾਨ ਪਾਵਾਂਗੇ ਇੱਕ ਵਾਰੀ ਤਾੜੀ ਮਾਰ ਦਿਓ ਮੇਰੇ ਵੀਰੋ ਇਹਨਾਂ ਦੇ ਲਈ ਇੱਕ ਵਾਰੀ ਤਾੜੀ ਮਾਰ ਦਿਓ ਕਿਸੇ ਨਾਮੀ ਸ਼ਖਸੀਅਤ ਦੀ ਗੱਲ ਕਰੀਏ ਪੈਸਾ ਲਾਉਣ ਲਈ ਦਿਲ ਦਰਿਆ ਹੋਵੇ ਸੁੱਖ ਪਹਿਲਵਾਨ ਬੱਬੇ ਵਾਲੀ ਤੇ ਗੱਗੂ ਪਹਿਲਵਾਨ ਪੁੱਜਣ ਅਖਾੜੇ ਦੇ ਵਿੱਚ ਉਧਰਲੇ ਪਾਸੇ ਸਰਦਾਰ ਮੰਗਾ ਪਹਿਲਵਾਨ ਜੀ ਰਾਜਾ ਸਾਂ ਸੀ ਚਾਰ ਸਾਲ ਬਾਅਦ ਇਹਨਾਂ ਵੀ ਕੁਸ਼ਤੀ ਦੰਗਲ ਕਰਵਾਇਆ ਅਗਲੇ ਸਾਲ ਕਹਿੰਦੇ ਪਰਮਾਤਮਾ ਦੀ ਕਿਰਪਾ ਹੋਈ ਤੇ ਵੱਡਾ ਕੁਸ਼ਤੀ ਦੰਗਲ ਕਰਵਾਵਾਂਗੇ ਉਸਤਾਦ ਮੰਗਾ ਪਹਿਲਵਾਨ ਜੀ ਕਹਿੰਦੇ ਹੈ ਇਹ ਝੋਟੇ ਆ ਵੀਰ ਜੀ ਇਹ ਝੋਟੇ ਹੈ ਇਹ ਬੱਬਰ ਸ਼ੇਰ ਹੈ ਹੋ ਕਹਿੰਦੇ ਬੱਲੇ ਬੱਲੇ ਮਰਦ ਸੂਰਮਿਆਂ ਦੇ ਹੌਸਲੇ ਬੁਲੰਦ ਰੋਕੋ ਖੜ ਕੇ ਧਰਤੀ ਦੇ ਅੰਬਰਾਂ ਨੂੰ ਛੂ ਲੈਂਦੇ ਰਾਜੇ ਖੇਲੇ ਜੁਰਤ ਰੱਖਣ ਵਾਲੇ ਜੋਧੇ ਫੜ ਕੇ ਜੜੋਂ ਪਹਾੜਾਂ ਨੂੰ ਧੂ ਲੈਂਦੇ ਫੜ ਕੇ ਜੜੋਂ ਪਹਾੜਾਂ ਨੂੰ ਧੂ ਲੈਂਦੇ ਉਹ ਬੱਲੇ ਬੱਲੇ ਹੋਈ ਪਈ ਹੈ ਕਿ ਮੱਲ ਨੇ ਪਛਾਣੇ ਜਾਂਦੇ ਮਲੇ ਹੋਏ ਕੰਨਾਂ ਤੋਂ ਡੌਲਿਆਂ ਦੇ ਪੱਟਾਂ ਵਿੱਚ ਪੈਂਦੇ ਹੋਏ ਬੰਨਾਂ ਤੋਂ ਡੌਲਿਆਂ ਦੇ ਪੱਟਾਂ ਵਿੱਚ ਪੈਂਦੇ ਹੋਏ ਬੰਨਾਂ ਤੋਂ ਇਧਰਲੇ ਪਾਸੇ ਕਹਿੰਦੇ ਵੀ ਇੰਦਰਵੀਰ ਸੈਂਸਰੇ ਵਾਲਾ ਜਿਸ ਧਰਤੀ ਦਾ ਕਹਿੰਦੇ ਜੀਤਾ ਸੈਂਸਰਾ ਤਗੜਾ ਮੱਲ ਹੋਇਆ ਹੈ ਪਰਲੇ ਪਾਸੇ ਅਰਸ਼ ਭਾਗੋਵਾਲ ਵਾਲਾ ਜਿੱਥੋਂ ਦੇ ਕੋਲੇ ਭਲਵਾਨ ਦੀ ਕਬਰ ਤੇ ਕਹਿੰਦੇ ਵੀ ਲੋਕ ਆਪਣੇ ਬੱਚਿਆਂ ਨੂੰ ਮੱਥੇ ਟਿਕਾਉਂਦੇ ਹੈ ਕੋਲਾ ਗੁਰਦਾਸਪੁਰੀਆ ਮਸ਼ਹੂਰ ਹੋਇਆ ਹੈ ਕਹਿੰਦੇ ਕਿੱਕਰ ਸਿੰਘ ਨੇ ਮੁੜ ਕੇ ਜੰਮਣਾ ਨਹੀਂ ਗਾਮਾ ਜੱਗ ਤੇ ਮੁੜ ਕੇ ਆਉਣਾ ਨਹੀਂ ਮੂੰਹ ਚ ਜ਼ਬਾਨ ਹੈ ਨੀ ਪਰ ਜ਼ੋਰ ਇੰਨਾ ਕਿਸੇ ਗੂੰਗਾ ਵੀ ਅਖਵਾਉਣਾ ਨੀ ਗੱਲ ਹੋਣੀ ਨੀ ਕਿਸੇ ਤੋਂ ਮੇਰ ਦੀਨ ਵਾਲੀ ਵਾਂਗ ਚਾਂਦਗੀ ਚੰਦ ਚੜਾਉਣਾ ਨੀ ਪੂਰਨ ਸ਼ੇਰੋਂ ਵਾਂਗੂ ਵਿੱਚ ਛਿਆਂ ਦੇ ਕਿਸੇ ਮੁੜ ਮੁੜ ਕੇ ਛਾਉਣਾ ਨੀ ਦਾਰਾ ਸਿੰਘ ਵਾਂਗੂ ਰੁਸਤਮੇ ਜਮਾ ਦਾ ਖਿਤਾਬ ਕਿਸੇ ਝੋਲੀ ਦੇ ਵਿੱਚ ਪਵਾਉਣਾ ਨੀ ਕਿਹੜੀ ਮਾਂ ਨੂੰ ਮੁੜ ਪੰਮਾ ਜੰਮੂ ਡੇਰੇ ਵਾਲੇ ਵਾਂਗਰਾਂ ਵੀ ਕਿਸੇ ਨੇ ਛਾਉਣਾ ਨੀ ਡੇਰੇ ਵਾਲੇ ਵਾਲੇ ਪੰਮਾ ਪਹਿਲਵਾਨ ਜੀ ਡੇਰਾ ਬਾਬਾ ਨਾਨਕ ਦੇ ਗਿੰਦਰ ਪਹਿਲਵਾਨ ਲੱਲੀਆਂ ਗੱਗੂ ਆਓ ਅਖਾੜੇ ਦੇ ਵਿੱਚ ਗੁੱਗੂ ਪਹਿਲਵਾਨ ਫਗਵਾੜਾ ਤੇ ਸੁੱਖ ਪਹਿਲਵਾਨ ਬੱਬੇ ਹਾਲੀ ਇਹ ਵੀ ਭਲਵਾਨ ਅਖਾੜੇ ਦੇ ਵਿੱਚ ਪੁੱਜਣ ਇਧਰਲੇ ਪਾਸੇ ਇੰਦਰਵੀਰ ਆ ਗਿਆ ਉੱਪਰ ਇੱਕ ਵਾਰੀ ਤਾੜੀ ਮਾਰ ਦਿਓ ਮੇਰੇ ਵੀਰਿਓ ਇਹ ਆ ਇੰਦਰਵੀਰ ਪਹਿਲਵਾਨ ਸੈਂਸਰਾ ਪਹਿਲਵਾਨੀ ਕਰਨੀ ਕੋਈ ਸੌਖੀ ਗੱਲ ਨਹੀਂ ਹੈ ਕੋਈ ਖਾਲਾ ਜੀ ਦਾ ਵੜੇ ਗੁੱਗੂ ਭਲਵਾਨ ਜੀ
आहो भलवान जी खड़ दे जा वेख लो मैंबर कह रहे है मैं नहीं कह रहा क्योंकि स्टंट भी होने यार तुसी साडे सत्कार योग हो मेरे वीर गुगू पहलवान जी आओ जल्दी नाल जिहड़ियां मुख जोड़ियां उन्हां दे विचों कृपा करके पहलवान पम्मा डेरा बाबा नानक और बिंदर और बिंदर गढ़ शंकर उन्हां नूं ओ क्योंकि सूरज देवता अपना मुख छपाउण वाला इस करके जल्दी तो जल्दी ये कुश्ती आर पार दी होवेगी और नाल ही आपां पम्मा डेरा बाबा नानक और नाल दी नाल पम्मा डेरा बाबा नानक दे बिंदर गढ़ शंकर लल्लियां कृपा करके जल्दी तो जल्दी अखाड़े विच आउण और सुख बब्बे वाली ते नाल ही उन्हां दे गग्गू फगवाड़ा वह भी बिल्कुल तैयार रहन क्योंकि बाद विच ट्रैक्टरां दे स्टंट भी होने आ और सवेर तो संगतां जिहड़ियां आ उह मेले दे विच आईआं अपने कामकार छड़ के सो पहलवानां दे चरणां च बेनती है कि जल्दी तो जल्दी उह अखाड़े दे विच आउण इधर आ रहे ने और पंचायत नूं बेनती है कि दो नंबर की झंडी वाली जिहड़ी आ कुश्ती उह शुरू कराई जावे मैं सारी पंचायत नूं ते मोहतबर व्यक्तियों नूं बेनती करदा कि उह इत्थे आ के दो नंबर की झंडी वाली जिहड़ी कुश्ती आ पम्मा डेरा बाबा नानक दे सुख बिंदर गढ़ शंकर लल्लियां दे विचाले हो रही आ और इन्हां पहलवानां नूं बेनती है कि कृपा करके पहलवानां दे सानां दे भेड़ तों बचना चाहीदा सो आम संगत स्पोर्ट्समैनशिप दे नाल इह कुश्ती करो खेड भावना जिहड़ी आ उहनूं गुस्सा आम लोग करते हैं पहलवान सिर्फ कुश्तियां करते हैं ते तुही ए कुश्ती नूं आम लोग ते अहीं सुणदे हां वी सिर दे उत्ते पढ़ाई चुकी फिरदे ने लोकी बहस लड़ाई चुकी फिरदे ने पंचायत वालियां नूं बेनती है कि वह आउण कृपा करके बलिहाल वीर जी और नाल तुहाडे साथी सतारा सिंह जी हरपाल सिंह सरपंच साहब बघेल सिंह जी आओ और वड्डी कुश्ती शुरू कराई जावे हाँ जी वड्डी कुश्ती जिहड़ी आ किहदे किहदे नाल राजा अवान इन्हां ने आवाज दित्ती आ और सन्नी पहलवान ने उन्हां दी आवाज नूं अगों ढक्किया साडे पिंड दे महान पहलवान सन्नी पहलवान उन्हां दे नाल राजा दी कुश्ती होगी पर नाल दी नाल ही आपां पहला पम्मा डेरा बाबा नानक ते बिंदर गढ़ शंकर लल्लियां इह जल्दी तों जल्दी आउण पम्मा डेरा बाबा नानक ते बिंदर गढ़ शंकर ओन दो नंबर दी झंडी वाली कुश्ती और इस तो बाद सुख बब्बे हाली ये सारे वेड़े च भजे फिरदे और पम्मा डेरा बाबा नानक ते बिंदर गढ़ शंकर जल्दी तो जल्दी अखाड़े च आउण तेड़ा वीर जी आ संगत दे चरणां च बेनती है कि कृपा करके अपनी अपनी जगह लई जावे जदों तक पहलवान नहीं आउंदे और इन्हां दी जिहड़े पहलवान आ अर्श भागोवाल ते इंद्रवीर सहसरा इन्हां नूं केवल 5 मिंट दित्ते जाणगे 5 मिंटां दे विच कुश्ती आर पार करनी होगी और दूजी कुश्ती आपां नाल ही शुरू करावांगे पम्मा डेरा बाबा नानक ते बिंदर गढ़ शंकर पम्मा डेरा बाबा नानक ते बिंदर गढ़ शंकर आओ जी हां जी हां जी
बाबा नानक तैयार हो रहे हैं, जल्दी तो जल्दी कृपा करके आओ क्योंकि टाइम ऑलरेडी बहुत ज्यादा हो चुका। पहलवान बनना सौखा नहीं, साडे पिंड दे भूंडा सिंह पहलवान वो भी अपने करतब दिखा रहे हैं और हर एक नूं अपने अपनी तरह दियां कलाबाजियां। और भूंडे दे नां ते भी ताड़ी मार दो एक वारी। याद रहे कि तोले नंगल दे विच पहलवानी दी जिहड़ी पिरत आ उह पाला सिंह पहलवान जिहड़े हुण अज रैफरी दा सेवा निभा रहे आ इन्हां ने कीती सीगी और उह अज एक वड्डे मेले दा रूप धार चुकी आ। अगे तो अगे जिहड़े साडे नौजवान बाहर जा रहे ने एन आर आई वह लगातार सहयोग कर रहे हैं तो यह खेड मेला वड्डे तो वड्डा हुंदा जा रहा। मैं दोबारा बेनती करदा पम्मा डेरा बाबा नानक ते होर तंग ना कीता जावे, कृपा करके प्रबंधकों नूं जिहड़ियां कुश्तियां बोलियां जा चुकियां इन्हां तों अलावा होर कोई कुश्ती नहीं होगी। आ गया हाँ जी, ये लगे रहणगे दोवें पहलवान तगड़े पहलवान ने और वार वार मैं बेनती करांगा पाला पहलवान जी नूं कि इन्हां नूं सेंटर च लिआंदा जावे। पाला पहलवान जी कुछ नहीं, ये भी बहुत वधिया कि जिहड़ी कुश्ती फसवी हुंदी आ उहदे विच ही जे जांगिया फड़ के खलोते रहे ते उहदा कोई हाँ जी पहलवान जी इंद्रवीर सिंह सहसरा ते अर्श भगवाल कृपा करके थोड़ा संजम दे क्योंकि पहलवान जिहड़े आ खेड भावना नाल ही खेडन ते वधिया लगदा। हाँ जी पम्मा डेरा बाबा नानक के नाम से जोरदार ताड़ियां एक बार माइक टू तेड़ा वीर जी। बहुत बहुत धन्यवाद, एक बार ताड़ी मार दो हिंदुस्तान की कुश्ती का तगड़ा मल। ओ पम्मे पहलवान लई एक वारी ताड़ी वड्डी सारी मार दो मेरे वीरियो। 250 दे करीब मोटरसाइकल जिते है, सोने दियां मुंदरियां दा कहिंदे पता ही नहीं है, नुकरे घोड़ियां दा जेतू है, सरदार अवतार सिंह दा पुत्तर गड्डियां दा जेतू और कहिंदे माता सतनाम सिंह कौर दा पुत्तर और दूजे पासे गिंदर लल्लियां वाला इह वी कहिंदे गढ़ शंकर दे एरिए तो आया, ਇਹ ਵੀ ਕੁਸ਼ਤੀ ਦਾ ਵੱਡਾ ਮਲ ਹੈ, ਤਾੜੀ ਮਾਰ ਦਿਓ। ਇਧਰਲੇ ਪਾਸੇ ਗੁੱਗੂ ਫਗਵਾੜਾ ਤੇ ਸੁਖ ਪਹਿਲਵਾਨ ਬੱਬੇ ਹਾਲੀ, ਇਹ ਵੀ ਕਹਿੰਦੇ ਤਗੜੇ ਮਲ ਹੈ ਕੁਸ਼ਤੀ ਦੇ, ਕਿਵੇਂ ਜਿੱਤ ਹੁੰਦੇ ਨੀ ਉਹ ਝੰਡੇ ਦੇ ਰਮਾਲੀਆਂ, ਦਾਤੇ ਦੀਆਂ ਦਾਤਾਂ ਕਿਹੜਾ ਪਾਉਣੀਆਂ ਸਖਾਲੀਆਂ, ਜਿਹਦੀ ਫੜੀ ਪਰਮਾਤਮਾ ਨੇ ਬਾਂਹ, ਜੇ ਮਾਲਕ ਦੀ ਹੋਵੇ ਕਿਰਪਾ ਮਲ ਘੁਲਦੇ ਅਖਾੜਿਆਂ ਚ ਤਾਂ, ਜੇ ਗੁਰੂਆਂ ਦੀ ਹੋਵੇ ਕਿਰਪਾ। पहलवान धर्म सिंह जी वड्डे माण भेजदे है, पहलवान हरजिंदर सिंह जी वड्डे माण और इधरले पासे पूरा जोर हो गया, इहनू कहिंदे तोले नंगल वाले गल सच्ची सच्चियां दी, दब के खाइए रज के वाइए, थोड़ा खाइए खर्च लिए थोड़ा दान पुन ते लाइए। आ भी कुश्ती सिरा हो गई, एक बारी ताड़ी मार दो मेरे वीरियो, वाकई एंड हो गया है। कहते टक्कर 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 अजे गल नहीं बनी। उधरले पासे राजा पहलवान ते सन्नी पहलवान तुहाडे पिंड दा ताड़ी मार दो मेरे वीरियो। तो लिया मेरा वीर पैजी हुण आपां ते, तां ही मैं भी बार बार कहिंदा बुरा लगदा
ना खुराक खादी सजदे किते थमिया थमदा नहीं कहे चहान पम्मे दे गेंदर वर्गा हर मां दी कुख तो जमदा नहीं कहे चहान सुख दे गुगू वर्गा हर मां दी कुख तो जमदा नहीं हर मां दी कुख तो कहिंदे संत पैदा नहीं हुंदा हर मां दी कुख तो कहिंदे पहलवान पैदा नहीं हुंदा हर मां दी कुख तो कहिंदे सूरमा देश भगत पैदा नहीं हुंदा विरलियां मावां दे पुत कहिंदे भी ना चमकाउंदे है सतारा सिंह जी मैंबर साहब बहुत सारा सन्मान अगे भी किया होर भेजदे नाल साडा पहलवान इंद्रवीर भी भेज के गया सच्चे पातशाह चढ़दियां गल्लां सन्नी पहलवान जितया दा वध तों वध सन्मान करियो तुहाडे अपने पिंड दा पहलवान है सन्नी जितया इहदा वध तों वध सन्मान करियो मेरे वीरियो आओ बल्ले बल्ले हो गई है अज कहिंदे बल्ले बल्ले हो गई है तोड़े नंगल दे विच सिरे दे कहिंदे मल सद के खड़े करते है साडे भरावां ने सिरे दे कहिंदे मल सद के खड़े करते है आओ कहिंदे पूरी बल्ले बल्ले हो गई है नाल बहुत सारा सन्मान सरदार गुरमेल सिंह जी भेज देना पंजाबी बोलां दे लई सवेर तों ही ड्यूटियां दे रहे है नाल गुरबाज सिंह जी साडे जिंदगी दे परम मित्र गुरु के बाग दे खेड मेले दीआं वी गल्लां ऐन कहिंदे चलदीआं इन्होंने पुत्र नूं भी पहलवानी दे विच पाया गुरपाल सिंह जी हुणां ने परमात्मा की मेहर हुई इंडियन आर्मी दे विच भर्ती हो गया है इधरले पासे चार पहलवान घुलदे ओ कहिंदे पूरा जोर लगदा होया कि मल ने पछाणे जांदे मले होए कन्नां तों डौलियां दे पट्टां विच पैंदे होए बन्नां तों डौलियां दे पट्टां विच पैंदे होए बन्नां तों अज कहिंदे जिहड़ा जित्तू उहनूं वड्डी माया दित्ती जावेगी ऐन कहिंदे वड्डे खुले पैसे दित्ते जाणगे कहिंदे इस पैसे दे यारो रंग वखरे किते की रंग दिखाए पैसा किसे कोल पैसे दी घाट कोई ना किसे नूं दर दर भीख मंगाए पैसा भरा भरा तो पासा वट जांदे प्यो पुत तो कतल कराए पैसा 18 साल दी अलड मटियार सोणी 80 साल दे बुढ़े नाल व्याहे पैसा ओ कहिंदे पैसे दा चक्कर चलिया व्याह बंदा घर वाली तो पुछे बिना टीवी दा चैनल नहीं बदलदा बाहर छड़े बंदे दी मौज हुंदी है मोदी ने कहिंदे रातों रात करंसी बदल के दुनिया कहिंदे चक्करां दे विच पाती लाइनां दे विच लाती इधरले पासे धर्मिंदर सिंह जी औलख साहब पुजे है वड्डा धन्नवाद है कहिंदे सारा दिन लाइन दे विच लग के शामां नूं जदों 2000 निकलदा सी ना इन्नी खुशी हुंदी सी जिवें कनेडा दा वीजा लग गया होवे छड़े बंदे दी मौज पर कहिंदे हुण पंगा किसानां दे नाल पिया है चारे बार्डर कहिंदे बंद करते है अमरीका दे जिन्नी कुत्ते खाणी होई है ना ਆ ਯਾਦ ਹੀ ਰੱਖੇਗਾ ਪਰ ਇਧਰਲੇ ਪਾਸੇ ਗੁੱਗੂ ਫਗਵਾੜਾ ਤੇ ਸੁਖ ਪਹਿਲਵਾਨ ਬੱਬੇ ਵਾਲੀ ਕੌਣ ਜਿੱਤੂ ਕੌਣ ਹਾਰੂ ਗੱਲਾਂ ਕਹਿੰਦੇ ਸਮੇਂ ਦੀਆਂ ਨੇ ਪਿੰਡਿਆਂ ਵਿੱਚ ਦੀ ਹਨ ਲਿਸ਼ਕਣ ਖਾਧੀਆਂ ਹੋਈਆਂ ਖੁਰਾਕਾਂ ਇੱਕ ਦੂਜੇ ਨਾਲ ਜ਼ੋਰ ਨੇ ਕਰਦੇ ਕੀ ਜ਼ੋਰਾਂ ਦੀਆਂ ਬਾਤਾਂ ਫਿਰ ਬੱਜੇ ਤਾਂ ਦੇਖਣ ਦੇ ਲਈ ਆਉਣ ਪਿੰਡਾਂ ਦੇ ਪਿੰਡ ਜਿਹਦੇ ਵਿੱਚ ਮੱਲ ਘੁਲਦੇ ਉਹਨੂੰ ਕਹਿੰਦੇ ਛਿੰਜ ਔਰ ਕਹਿੰਦੇ ਬਾਬਾ ਮਾਹੀ ਸਿੰਘ ਜੀ ਦੀ ਕਿਰਪਾ ਇਸ ਨਗਰ ਦੇ ਉੱਪਰ ਅਪਾਰ ਹੈ ਮੇਰ ਇਸ ਨਗਰ ਦੇ ਉੱਪਰ ਫੁੱਲ ਹੈ ਉਧਰਲੇ ਪਾਸੇ ਪੰਮਾ ਪਹਿਲਵਾਨ ਜੀ ਡੇਰਾ ਬਾਬਾ ਨਾਨਕ ਇਸ ਨਗਰ ਦੇ ਵਿੱਚ ਬੜਾ ਪਿਆਰ ਹੈ ਔਰ ਕਹਿੰਦੇ ਹਰ ਸਾਲ ਹੀ ਪੁੱਜਦੇ ਹੈ ਟੌਲ ਦੇ ਮਾਲੇ ਛਿੰਜ ਦੇ ਵਿੱਚ ਓ ਕਹਿੰਦੇ ਹਰ ਜੋ ਪਿੱਛੇ ਓ ਧਾਵੇ 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 ਲੁਧਿਆਣੇ ਟੇਸ਼ਨ ਦੇ ਬੁੜਾ ਬੁੜੀ ਨੂੰ ਗਰੀਸੀ ਜਾਵੇ ਪਰ ਇੱਧਰ ਪਹਿਲਵਾਨ ਹੈ ਜ਼ੋਰ ਲੱਗ ਗਿਆ ਏਦਾਂ ਨੀ ਵੀਰ ਜੀ ਏਦਾਂ ਨੀ ਪਿਆਰ ਦੇ ਨਾਲ ਕਮੇਟੀ ਫੈਸਲਾ ਲਵੇਗੀ ਕਮੇਟੀ ਡਿਸੀਜਨ ਗਿੰਦਰ ਪਹਿਲਵਾਨ ਜੀ ਕਮੇਟੀ ਕਹਿੰਦੀ ਫੌਲ ਨਹੀਂ ਖੇਡਣਾ ਇੱਧਰ ਪਹਿਲਵਾਨ ਨੇ ਮੇਰਾ ਕੰਨ ਲਾਲ ਕਰਤਾ ਤੇੜਾ ਸਾਹਿਬ ਨੂੰ ਇੱਕ ਵਾਰੀ ਹੋਰ ਦੱਸਿਓ ਕਿੱਦਾਂ ਛੱਡੀ ਬਾ ਪਹਿਲਵਾਨ ਵੀਰਾਂ ਨੂੰ ਬੇਨਤੀ ਆ ਕਿ ਖੇਡ ਭਾਵਨਾ ਦੇ ਨਾਲ ਖੇਡੋ ਫੌਲ ਨਾ ਖੇਡੋ ਕਿਉਂਕਿ ਇਹ ਬਹੁਤ ਜ਼ੋਰਾਂ ਦੀਆਂ ਗੱਲਾਂ ਸੱਟ ਲੱਗੀ ਜਿਹੜੀ ਆ ਉਹ ਹੱਥ ਨਹੀਂ ਆਉਂਦੀ ਔਰ ਲੰਮਾ ਸਮਾਂ ਜਿਹੜਾ ਵੇਸਟ ਹੋ ਜਾਂਦਾ ਮੈਂ ਤੇੜਾ ਸਾਹਿਬ ਨੂੰ ਕਹਾਂਗਾ ਕਿ ਦੁਬਾਰਾ ਮੈਂ ਧੰਨਵਾਦ ਜੀ ਧੰਨਵਾਦ ਬਹੁਤ ਵੱਡੀ ਆ ਕੁਸ਼ਤੀਆਂ ਇੱਕ ਇੱਕ ਲੱਖ ਤੋਂ ਘੱਟ ਨਹੀਂ ਬਚਦੀ ਗੁਰਬਾਜ ਵੀਰ ਜੀ
यूट्यूब दे पर आप देखते पर प्यार पकाने के लिए पुजे पहलवान इधरले पासे गुगू पहलवान फगवाड़ा ये भी ताड़ी मार दो मेरे वीरियो बल्ले 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 थे जोर वाला जोर मारे मूहरे अड़ जाता माड़ा बंदा तगड़े को डर जाता आओ कुश्ती वेच लै के आओ गुरबाज वीर जी कुश्ती वेच लै के आओ गुरमेज भाजी हो नाल तुसी कुश्ती वेच लै के आओ अखाड़ा ना टुटे कृपा करके गुगू पहलवान फगवाड़ा दे सुख बब्बे आली गुरबाज भाई तुहाडा पैन डिग पिया सारी संगत नूं बेनती है अपनी अपनी जगह ते बैठो कृपा करके सारी संगत नूं बेनती है अपनी अपनी जगह ते बैठो कृपा करके बहुत मेहरबानी इधरले पासे की हो गया एक पासे माझे दा मझैल है सरदार अवतार सिंह दा पुत्तर माता सतनाम कौर दी अखां दा तारा पाला पहलवान जी कृपा करके खाड़ा खुला कर दिया इधरले पासे भी जी ध्यान रखियो आ भी कहंदे दाह लगा होया है 300 दे चौंड दा ने पहलवानी दे ओह कहंदे 300 दे चौंड दा पहलवानी दे केड़ा मुंडा दाह ला के चित करू कुश्ती अपने नाम ओह गल कहंदे समय दी है अजे कहंदे पम्मा थल्ले आ ते गिंदर उत्ते है पर 11-21 दे भा वांगू अजे पता नहीं लगदा भी जितना किन्ने है क्योंकि मेरे वीरे दोवें सिरे दे मल है पहलवानी कहते रेत की कंध होंगी है पहलवानी रेत की दीवार होंगी है कई बार माड़ा ढा जाता है तगड़ा ढठ जाता है कहते बल्ले बल्ले है कि माण ना करिए ताकत ते माण कीता छेती टुट जाता मल ढह जाता है चोटी का कोई ढहिंदा ढहिंदा भी उठ जाता विच अखाड़े गभरू होंगे एक तो वध के एक के बछवाणियां सोच के थापड़िए बगाने मूहरे एक बछवाणिया सोच के थापड़िए बगाने मूहरे एक मुंडा कहंदे फगवाड़े वाला किते कहंदे प्रितपाल प्रितपाल होई है किते कहंदे शम्मी दा नाम नाल एक छोटा जिहा बच्चा वड्डा मान करके गया है हरजिंदर सिंह जी काला पहलवान वड्डे मां की हो गया ताड़ी मार दिओ मेरे वीरियो कीदा की हो गया सानू कुछ भी समझ ना आवे तकड़े नू वाल पै गया तेरा तंद ना लपेटिया जावे तकड़े नू वाल पै गया तेरा तंद ना लपेटिया जावे उधर सन्नी पहलवान जितया तुहाडे अपने पिंड दा सन्नी पहलवान जितया तुहाडे अपने पिंड दा इधरले पासे गुगू ते सुख गुगू ते सुख वीर जी फिर तुर के बहुत वधिया कुश्ती चलदी होई है पहलवान बहुत ही उच्च लैवल दीआं कुश्तियां ते बड़ियां इंटरस्टिंग क्योंकि बहुती वार असीं वेखदे आ कि पहलवान जांगिया फड़ के ही अद्धा घंटा लगा दिंदे आ पर इत्थे जिहड़ियां कुश्तियां होईआं उह बहुत कांटे दीआं होईआं और पूरा पूरा जोर लग्गिआ इह थल्ले जिहड़ा जथेदार वीर आ इहदा नां गिंदर और उपर पम्मा डेरा बाबा नानक बहुत ही शानदार ਬਾਜੀ ਸੱਟ ਲਾਉਣ ਦੀ ਕੋਸ਼ਿਸ਼ ਨਾ ਕਰੇ ਔਰ ਖੇਡ ਭਾਵਨਾ ਨਾਲ ਖੇਡ ਨੂੰ ਖੇਡਿਆ ਜਾਵੇ ਇਧਰ ਔਰ ਨਾਲ ਹੀ ਸੁੱਖ ਬੱਬੇ ਹਾਲੀ ਸੁੱਖ ਬੱਬੇ ਹਾਲੀ ਜੇਤੂ ਹੋਰ ਕਿੱਦਾਂ ਹੋਣੀ ਸੁੱਖ ਬੱਬੇ ਹਾਲੀ ਜੇਤੂ ਔਰ ਗੱਗੂ ਫਗਵਾੜਾ ਗੱਗੂ ਫਗਵਾੜਾ ਨੂੰ ਚਿੱਤ ਕੀਤਾ ਸੁੱਖ ਬੱਬੇ ਹਾਲੀ ਨੇ ਸੁੱਖ ਬੱਬੇ ਵਾਲੀ ਆਪਣੇ ਆਪ ਦੇ ਵਿੱਚ ਨਾਮੀ ਪਹਿਲਵਾਨ ਦੋ ਭਰਾ ਦੋਵੇਂ ਹੀ ਬਹੁਤ ਵਧੀਆ ਕੁਸ਼ਤੀਆਂ ਘੁਲਦੀਆਂ ਔਰ ਔਰ ਇੱਧਰ ਪੰਮਾ ਡੇਰਾ ਬਾਬਾ ਨਾਨਕ ਔਰ ਬਿੰਦਰ ਬਿੰਦਰ ਤੇ ਪੰਮਾ ਡੇਰਾ ਬਾਬਾ ਨਾਨਕ ਬਹੁਤ ਹੀ ਕਾਂਟੇ ਦੀ ਕੁਸ਼ਤੀ ਉੱਪਰ ਲਾਲ ਜਾਂਗੀਏ ਦੇ ਵਿੱਚ ਬਿੰਦਰ
गढ़ शंकर लल्लियां ते थले पम्मा डेरा बाबा नानक और कदी उपर कदी थले बहुत ही कमाल की कुश्ती क्योंकि अं लगातार पिछले लंबे समय तो पम्मा डेरा बाबा नानक नूं भुलदिया वेखदे आ और ये लगातार ही जितते ने अपनी मच्योर उम्र दे विच वी ये अपने तो कई साल छोटे मुंडियां नूं ढाउंदे आ और लगातार और बहुत अज दियां कुश्तियां दा हासिल ही ये आ कि आम तौर ते अं कहिंदे आ कि उह रल के घुल के जां कुछ अज तुसीं सामने देखिया कि किन्नियां कांटे दियां कुश्तियां और पाला जी दा अं बहुत धन्नवाद करदे इन्हां दी रहनुमाई दे विच इत्थे छिंझां शुरू होईआं ते अज अज एक तरह कहीए कि आर पार दियां कुश्तियां करो जां मरो तेड़ा जी और कहते कुश्ती नहीं कुश्ती हो गया गरी ताड़ी मार दो मेरे वीरियो बहुत तगड़ी कुश्ती है एक एक लख दो घट नहीं बजती कि बुलट से बजती है कि अल्टो गड्डिया के कि नुगरिया घोड़िया के आहो कहते बल्ले बल्ले है आहो कहते बल्ले बल्ले है ते शीशे मूरे छाती का हरेक तन का दारा सिंह घर च हरेक बनता जनों पेंदे बगाने वाह जो दिया फिर लेंदे बगाने बुत ढा जो दिया फिर लेंदे बगाने बुत जो कोई टक्कर गया भैड़े परिवार का किते भी नहीं जी लगता घोड़ी घोड़िया च देख ली पजागे दे घरे पता की लगता पम्मे पहलवान जे किंदर जित गया दे लोकां ने कहना कि मुंडा माझे दे विच जाके ना थोड़े नंगल दे विच जाके पम्मे नूं हराया और कहते जे पम्मा जित गया ना ते लोकां ने कहना पम्मे ने पंजाब पुलिस का मुलाजम भी है किंदर पहलवान लल्लियां सिर पम्मा 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 आहो कहिंदे पम्मा 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 होई पई है तैनूं कुश्ती वधिया लग रही ताड़ा ठोको मेरे वीरियो कई सवाद है वाकई सदा है आहो वाकई एंड है आहो बल्ले बल्ले है आहो बल्ले बल्ले है होर कहिंदे होर कहिंदे उत्ते धौण दे गोडा रख कहते सिरा हो ढाई सौ मोटरसाइकलों का जे तू पम्मा बार दूजे पासे जिंदर कहते पंजाब पुलिस का मुलाजम है और कहते अजे कुश्ती नहीं निबड़ी पम्मा उठूगा पम्मा उठूगा जिंदर कहता नहीं उठन देना हो बल्ले बल्ले है बल्ले 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 लगता जोर हुंदी हुई उधरले पासे वीडियो क्लिपां बन रही ने वीडियो खड़ा ना तोड़ियो कृपा करके संगतां नूं बेनती है कि कुश्ती अपनी पूरी चरम सीमा ते आवे करके कृपा करके खड़ा ना तोड़िया जावे और ए एक तुहानूं बेहतरीन कुश्ती जिहड़ी आ और जिद्दां असीं आम तौर ते कहिंदे पम्मा फिर उपर और खड़ा ना तोड़ो प्लीज खड़ा ना तोड़ो खड़ा ना तोड़ो पिछा जाओ वीर जी पिछा खड़ा ना तोड़ो खड़ा ना तोड़ो कृपा करके कृपा करके ओ ही दसो जिन्हों भलवानी का पता सारे ना भलवान बन जाओ यार एहो ही दा उत्थे दिता जाऊगा और कृपा करके वीर जी पिछे हो जाओ बहुत घट जगह ते ऐसियां कुश्तियां वेखण नूं मिलदियां नहीं ते बहुत थावां ते तिलकनबाजी आ गर्मियां पसीना आउण करके पहलवान दाल ही मार दे पर इत्थे और पम्मा डेरा बाबा नानक उहनूं पुछ यार जिहनूं पता ना जिहनूं नहीं पता और जो दा उत्थे सीगा ओही दा
देना पड़ेगा पहलवानों जो असूल ने यार उन्हों और दसो जिन्हों पता पलवान नहीं था यार सारे ना पलवान बनो हाँ जी दोबारा कुश्ती शुरू कराई जाए जी ओह ही दाज उते और बहुत ही टेढ़ा साहब नहीं कुछ नहीं होया कुछ नहीं होया ना विचों दिन ओ पुंडा जा रहे हैं कर लें तो अपना तमाशा तानू क्यों था नमे भाव जी जो होते सीखा हो ही था हाँ जी हाँ जी बिल्कुल खेड़ पा बनाना खेड़ नो खेड़ो एक दो जाने रेफरिंग करो ओही ओही पलवान जी और पांच मिनट देते गया पम्मा डेरा बाबा नानक कृपा करके बाकी सारे जो है बाहर चले जान पाला पहलवान जी जो स्टेज दे पीछे कोई मिस हैपनिंग हुई है उन्होंने कृपा करके थोड़े चिर वास्ते रोका जाए और आप ये जो इन्ने वड्डे पद्धर की कुश्ती वेख रहे हैं एदा पूरा आनंद माणिया जाए बहुत औखा हुंदा पलवान बनना और एक सौखा काम नहीं है पलवाना दी साठ पलवान ही सही दे आ हाँ जी तेरा जी बहुत बढ़िया इधर ले बस है कुछ दिए इधर ही अपन तैयार रखिए स्टेज तो पीछे ना जाइए कोई गल नहीं है मेला है मेले ले बच्चे हर तरह के आंसर आउंदे इधर ले बस है बल्ले 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 ओ स्वाद पलवान जी अखाड़े दे विच आओ इदा ना करो उधर पाले पलवान दा भी पूरा तुसी से करता ही जंदा स्टंट वाले वीरां नूं बेनती है बेनिया रेसां रुसां चैक कर लो जरा स्टंट वाले वीर इधर जुत हो गया जुत हो गया जुत हो गया रण जितने लई सूरमा रहिंदा हरदम सदा तैयार ओदी जित हमेशा दोस्तों जरा पहला कर गया वार परां पता नहीं की हुंदा पम्मे पहलवान जी आओ खाड़े दे विच खाड़ा टुट जाना है सारी संगत नूं बेनती है एक लख दी कुश्ती है खराब ना करो जिथे बैठे कृपा करके बैठ के देखो ओनूं धन धन बाबा माई सिंह दी सहुं जिहड़ा पिछे ना होवे धन धन बाबा माई सिंह दे जोड़ मेले दे आए तुहानूं सहुं है उहनां दी जे पिछे ना हो पांच मिनट दिते गए जिहड़ा पॉइंट लै गया जेतू पांच मिनट दिते गए पॉइंट ते जिहड़ा पलवान पिछे आ गया जिहड़ा पहला फड़ लै पिछे आ जाए ओ किस कुश्ती जेतू जिहड़ा पहला फड़ लै पिछे आ जाए उहदे और बहुत ही शानदार कुश्ती ताड़ियां एक बार जोरदार दोवां पलवानां दे नां ते इह सौखा काम नहीं आ मरन मराउण दी गेम आ
जोरदार ताड़ियां जिन्हें पहला फड़ लिया जेतू करार दिता जाऊगा। और रिंग चो बाहर कढ़न का भी एक पॉइंट हुंदा, रिंग चो बाहर कढ़ देने का भी पॉइंट हुंदा, रिंग चो बाहर कढ़न का पॉइंट हुंदा। तुसीं फड़ लो लंगोटा, नहीं फड़ना पॉइंटा की कुश्ती दे विच। और कुश्ती खाड़े च होगी वीरो, पॉइंट दे विच लंगोटा नहीं हुंदा। और तुसीं और पॉइंट तो कोई गल नहीं, कोई नहीं मेंबर साहब। दो मिनट वास्ते सारे प्रेम का सबूत दो। और एक कुश्ती का जिन्हू जिन्हू पूरा आनंद माणिया जिन्हें जिन्हें वो जरूर ताड़ी मारो, जोरदार जोरदार ताड़ी। और पम्मा पॉइंट पॉइंट बन गया, परमजीत पम्मा डेरा बाबा नानक पॉइंट ते जेतू, पम्मा डेरा बाबा नानक जेतू पॉइंट ते, क्योंकि पहले ही कहा ही जिहड़ा पिछे आ जाए वो जेतूगा। और आप सब का बहुत बहुत धन्यवाद। बोलो सोना कृपा करके सारे साइड से हो जाओ। एक कुश्ती दे विच सारे सारे वीर रस्सी तो बाहर हो जाओ, सारे रस्सी तो बाहर हो जाओ, रस्सी तो बाहर कृपा करके सारे रस्सी तो बाहर हो जाओ, फिर स्टंट शुरू किए जाएंगे। सारे वीर देखो उन्हों का कहना है कि उन्होंने कोई जिम्मेवारी नहीं, अगर कोई थले आ गया किसी को सट लग गई, कृपा करके सारे रस्सी तो बाहर हो जाओ, स्टंट वालों की कोई जिम्मेवारी नहीं होगी अगर किसी को सट लगती है। और रस्सी तो अंदर कोई ना रहे, कृपा करके सारे रस्सी तो बाहर हो जाओ। कृपा करके रस्सी तो बाहर हो जाओ सारे। स्टंट वाले वीर कहते हैं कि जेड़ा थले आ गया साड़ी कोई जिम्मेवारी नहीं है। और बहुत सारे जेड़े संगत आ जी हमदर्दी आ गिंदर गढ़शंकर दे नाल है। और अभी भी देखते हैं कि उन्होंने बहुत ज्यादा वो चले, पर जो पॉइंट है वो पॉइंट है अखीर ते। और आप उन्होंने बहुत बहुत धन्यवाद करते हैं और समुचिया संगतों का। और सारे कृपा करके बाहर हो जाओ। सुनो ओ बंदा जेतू आ, तू ही उन्हें करी जाता जे नहीं जेतू।
ਗਿੰਦਰ ਪਹਿਲਵਾਨ ਦੇ ਨਾਲ ਸੰਗਤਾਂ ਦਾ ਬੜੀ ਹਮਦਰਦੀ ਆ ਪੰਮਾ ਡੇਰਾ ਬਾਬਾ ਨਾਨਕ ਨਾਲ ਵੀ ਬਹੁਤ ਫਸਵਾ ਮੁਕਾਬਲਾ ਲਗਭਗ ਬਰਾਬਰ ਵਰਗਾ ਪਰ ਕਿਰਪਾ ਕਰਕੇ ਸਾਰੇ ਬਾਹਰ ਹੋ ਜਾਓ ਅਗਰ ਕਿਸੇ ਨੂੰ ਸੱਟ ਫੇਟ ਲੱਗ ਗਈ ਮੇਲਾ ਕਮੇਟੀ ਜਾਂ ਸਟੰਟ ਕਰਨ ਵਾਲੇ ਵੀਰ ਕਿਸੇ ਦੇ ਵੀ ਹੋਣਗੇ ਇਹ ਕਰਕੇ ਕਿਰਪਾ कोई तकनीकी खराबी आई कुछ समय ली तेड़ा जी कितने ने कमेंट रेट तेरा तेड़ा कितने चल गया तेड़ा भाजी कितने ने मैक दे लागे हो हेलो उधर हार मैदान फतेह वाले साडे वीर ट्रैक्टर टोजन मुकाबलिया दे विच वी हिस्सा लेंदे आ तवियां दे मुकाबलिया दे विच वी हिस्सा लेंदे आ मरूती गैंग वाले साडे वीर एक वारी इन्हां लई ताड़ी मार दो मेरे वीरो उधर कहिंदे वी एक वी काबू कीता है जिहड़ा कहिंदे वी कोई गुरु घर दे विच दान करन जांदा है कोई चुकन दे इरादे ना जांदा है पर देख लो बाबे माही सिंह जी उधर कहिंदे फड़िया है ते जट्टां दे पुत पतंदर इधरले पासे ना लिया जी गुरु घर दे विच लै जाओ वीर कहिंदे आ हार मलाप सिंह जगामे तो इंस्टाग्राम ते कहिंदे फॉलो कर लियो हार मैदान फतेह पतंदरा गुरु घर दे विच मंगण जाईदा नीवे अगे चुकण नहीं जाईदा क्योंकि एडी एक लख दा मोटरसाइकल आउंदा है एक लख दा पैंदा भलवान जी आरसी पा के पिछे कर लो इहनूं वीर नूं इधर स्टंट वेखण दो वीरां दे वीर जी इधरले पासे ना जा रहे इन्हों चोर नूं फड़ लो जां स्टंट वेख लो काम एक ही है वीर जी करो तुसीं यार वीर जी अपनी अपनी जिम्मेवारी दे विच रहो इन्हां वीरां दी कोई जिम्मेवारी नहीं है हुण कहिंदे आगी निकलनी है आगी आगी निकलनी है आगी एक वारी ताड़ी मार दो वीरां दे नां दे उपर ओ बले 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 और कहंदे मरूती गैंग वाले साडे वीर आगी कहंदे कढ दे है ओ कहंदे आगी कढ दे है एन कहंदे सोना लीका ओ सोना लीका ओ ढोलिया इधर आ जा मेरा वीर हुण नहीं तेरा काम कोई आ जा ਐਵੇਂ ਥੱਲੇ ਆਏਗਾ ਭਰਾ ਮੇਰਿਆ ਕਿਰਪਾ ਕਰਕੇ ਗੁੱਸਾ ਨਾ ਕਰੀ ਧਰਤੀ ਤੋੜੇ ਨੰਗਲ ਦੀ ਉਹ ਕਹਿੰਦੇ ਸ਼ੱਕ ਦਾ ਰਣੀ ਹੈ ਉਹ ਕਹਿੰਦੇ ਸੋਨਾ ਲਿਕਾ ਅੱਕ ਕਰਦਾ ਧੱਕ ਦੇ ਕਹਿੰਦੇ ਪੈਣੀ ਹੈ ਧੱਕ ਦੇ ਕਹਿੰਦੇ ਪੈਣੀ ਮੁੰਡੇ ਨੇ ਕਹਿੰਦੇ ਵੀ ਫੁੱਟ ਫੁੱਟ ਥੱਲਿਓ ਮਿੱਟੀ ਕੱਢ ਦਿੱਤੀ ਥੱਲਿਓ ਮਿੱਟੀ ਕੱਢ ਦਿੱਤੀ ਫੁੱਟ ਫੁੱਟ ਇਹ ਵੀ ਕਹਿੰਦੇ ਵੱਖਰੇ ਕਰਤੱਵ ਹੈ ਔਰ ਇਧਰਲੇ ਪਾਸੇ ਯਾਦਗਾਰੀ ਯਾਦਗਾਰੀ ਕਈਆਂ ਨੇ ਜਾ ਕੇ ਪੰਗੇ ਲੈਣ ਡੈ ਬਣਾ ਕਈਆਂ ਨੇ ਜਾ ਕੇ ਪੰਗੇ ਲੈਣ ਡੈ ਬਣਾ ਨਾ ਲਿਓ ਜਿਹਨੂੰ ਨਹੀਂ ਜਾਜ ਬਹੁਤ ਸੋਹਣਾ ਤਾੜੀ ਮਾਰ ਦਿਓ ਬਹੁਤ ਵਧੀਆ ਬੱਚਿਓ ਪਿੱਛੇ ਆ ਜਾਓ ਬੱਚਿਓ
ਅਹੀਂ ਤੇ ਆਪ ਭਰਾ ਪਿੱਛੇ ਆਏ ਹਾਂ ਬਹੁਤ ਵਧੀਆ ਬਹੁਤ ਤਾੜੀ ਮਾਰ ਦੋ ਪਿੱਛੇ ਵੀ ਉਹਨਾਂ ਹੀ ਦਿਖਣਾ ਹੈ ਵੀ ਜੀ ਠੀਕ ਹੈ ਹੋ ਗਏ ਸਟੰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਰਿਆਂ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਇੱਥੋਂ ਬਾਹਰ ਹੋ ਜਾਣ ਗਾੜੀ ਨਾ ਆਣ ਕੇ ਨੂੰ ਸੱਟ ਪੇਟ ਲਾ ਗਈ ਟਾਇਰ ਲੱਜ ਗਏ ਬਾ ਕਿਹੜੀ ਕਿਹੜੀ ਤੂਰ ਤੱਕ ਤੇ ਚਲੇ ਜਾਂਦੇ ਆ ਉਹ ਕਿਰਪਾ ਕਰਕੇ ਤੇ ਆਪਣੇ ਆਪ ਹੀ ਬਾਹਰ ਆ ਜਾਣ ਮੁੜ ਕੇ ਤਾਂ ਕੋਈ ਆ ਕੇ ਸਾਡੀ ਬੇਇੱਜ਼ਤੀ ਕੀਤੀ ਆ ਇਹ ਕਿਰਪਾ ਕਰਕੇ ਵੀ ਆਪੋ ਆਪਣੇ ਟਿਕਾਣੇ ਲੱਗ ਜਾਓ ਉਹ ਵੀਰ ਜੀ ਬੇਨਤੀ ਹੈ ਇਹਨੂੰ ਸੀਰੀਅਸ ਲਓ ਵੀਰ ਜੀ ਬੇਨਤੀ ਹੈ ਇਹਨੂੰ ਸੀਰੀਅਸ ਲਓ ਹੁਣ ਕਹਿੰਦੇ ਭੱਜੇ ਬਾਹਰ ਨੂੰ ਇੱਥੇ ਗਰਾਖ ਇੱਕ ਗੇੜਾ ਹੋਰ ਘੁਮਾ ਦੇ ਜਰਾ ਇੱਥੇ ਗਰਾਖ ਜਰਾ ਵੇਖੀ ਓਏ ਹੋਏ 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 ਓਏ ਹੋਏ 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 ਰਣ ਜਿੱਤਣ ਲਈ ਸੂਰਮਾ ਰਹਿੰਦਾ ਹਰਦਮ ਸਦਾ ਤਿਆਰ ਉਹਦੀ ਚਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾਂ ਕਰ ਗਿਆ ਵਾਰ ਉਹ ਕਹਿੰਦੇ ਪਹਿਲਾਂ ਕਰ ਗਿਆ ਵਾਰ ਮੁੰਡੇ ਨੇ ਕਹਿੰਦੇ ਕਮਾਲ ਹੀ ਕਰਤੀ ਹੈ ਉਹ ਕਹਿੰਦੇ ਇਹਦੀ ਛੋ ਅਸਮਾਨ ਨੂੰ ਲਾਤੀ ਹੈ ਇਹ ਕਹਿੰਦੇ ਪਿਛਲਾ ਹਿੱਸਾ ਧਰਤੀ ਨੂੰ ਲਾਤਾ ਪਿਛਲਾ ਹਿੱਸਾ ਧਰਤੀ ਨੂੰ ਲਾਤਾ ਵਾਹ ਜੀ ਵਾਹ ਪਹਿਲਵਾਨ ਵੀਰਾਂ ਨੂੰ ਬੇਨਤੀ ਹੈ ਮਾਇਆ ਇੱਥੇ ਦਿੱਤੀ ਜਾਊਗੀ ਤੇ ਗੁਰੂ ਘਰ ਦੇ ਵਿੱਚ ਲੰਗਰ ਜ਼ਰੂਰ ਛੱਕ ਕੇ ਜਾਣ ਹਾਂ ਪੱਲੇ ਪੱਲੇ ਹੈ ਉਹ ਕਹਿੰਦੇ ਮੁੰਡਾ ਸੋਨਾ ਲੀਕਾ ਵਾਲਾ ਉਹ ਮੁੰਡਾ ਸੋਨਾ ਲੀਕਾ ਵਾਲਾ ਇਹ ਸਮੇਂ ਆਗੀ ਕੱਢੀ ਜਾਂਦਾ ਹੈ ਕਿ ਪੱਥਰਾਂ ਨੂੰ ਤੋੜੀ ਦਾ ਇਰਾਦੇ ਪੱਕੇ ਕਰਕੇ ਜਿੱਤ ਦੇ ਸ਼ਕੀਨ ਕਦੇ ਬਹਿੰਦੇ ਨਹੀਂ ਹਰ ਕੇ ਸੁਖੀ ਲੁੱਪ ਹੌਸਲੇ ਬੁਲੰਦ ਜਿਨ੍ਹਾਂ ਦੇ ਰੋਕੇ ਨਾ ਸਮੁੰਦਰਾਂ ਦੀ ਛਲ ਮਿੱਤਰੋ ਜਿੱਤ ਲੱਗੇ ਸੌਖੀ ਲਾਈਆਂ ਹੋਣ ਮਿਹਨਤਾਂ ਬਣੇ ਨਾ ਤਿਆਰੀ ਬਿਨਾਂ ਗੱਲ ਮਿੱਤਰੋ ਜਿੱਤ ਲੱਗੇ ਸੌਖੀ ਲਾਈਆਂ ਹੋਣ ਮਿਹਨਤਾਂ ਬਣੇ ਨਾ ਤਿਆਰੀ ਬਿਨਾਂ ਗੱਲ ਮਿੱਤਰੋ ਇਹਨੇ ਪੂਰੀ ਤਿਆਰੀ ਕੀਤੀ ਹੈ ਐਵੇਂ ਨੀ ਅੱਗ ਕੱਢੀ ਜਾਂਦਾ ਐਵੇਂ ਨੀ ਅੱਗ ਕੱਢੀ ਜਾਂਦਾ ਅੱਜ ਸੋਨਾ ਲੀਕਾ ਦੀ ਬੱਲੇ 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 ਗੋਰੀ ਤਾੜੀ ਮਾਰ ਦਿਓ ਮੇਰੇ ਵੀਰਿਓ ਓ ਕਮਾਲ ਮੁੰਡੇ ਨੇ ਮੇਲਾ ਲੁੱਟ ਲਿਆ ਮੁੰਡੇ ਨੇ ਮੇਲਾ ਲੁੱਟ ਲਿਆ ਮੁੰਡੇ ਨੇ ਮੇਲਾ ਲੁੱਟ ਲਿਆ ਹਰ ਮਲਾਬ ਸਰਪੰਚ ਚਗਾਵਾਂ ਪਿੰਡ ਦਾ ਸਰਪੰਚ ਵੀ ਹੈਗੇ ਸਰਪੰਚਾਂ ਦਾ ਮੁੰਡਾ ਸਰਪੰਚਾਂ ਦਾ ਕਹਿੰਦੇ ਭਤੀਆ ਅੱਗ ਕੱਢ ਰਿਹਾ ਸੋਨਾ ਲੀਕਾ ਦੀ ਇੱਕ ਵਾਰੀ ਤਾੜੀ ਮਾਰ ਦਿਓ ਮੁੰਡੇ ਲਈ ਜੇ ਜਿਗਰੇ ਹੈ ਨੀ ਤਾਂ ਕੀ ਕਰਨੇ ਜਿਸਮ ਹੱਟੇ ਤੇ ਕੱਟੇ ਉਹ ਕਾਮਯਾਬ ਨੀ ਹੁੰਦੇ ਜਿਹੜੇ ਲਾਉਂਦੇ ਰੱਟੇ ਕਾਗਜ਼ ਵੀ ਆਪ ਨੀ ਫੜਦੇ ਲਿਖ ਲਿਖ ਕੇ ਉਹਨਾਂ ਨੂੰ ਫਾੜਨਾ ਪੈਂਦਾ ਏ ਜੇ ਜ਼ਿੰਦਗੀ ਵਿੱਚ ਕੁਝ ਬਣਨਾ ਤੇ ਮਨ ਨੂੰ ਮਾਰਨਾ ਪੈਂਦਾ ਬਸ ਵੀਰ ਜੀ ਬਸ ਲਾਸਟ ਟੈਂਟ ਕਰਦੇ ਧੰਨਵਾਦ ਤੁਹਾਡਾ ਕਿਉਂਕਿ ਹਨੇਰਾ ਹੋ ਗਿਆ ਸੰਗਤ ਆਖੇ ਨੀ ਲੱਗਦੀ ਕਿਸੇ ਦੇ ਸੱਟ ਲੱਗੂਗੀ ਸਾਰੀ ਸੰਗਤ ਦਾ ਧੰਨਵਾਦ ਹਰ ਮਲਾਪ ਚਗਾਵਾਂ ਸਰਪੰਚਾਂ ਦਾ ਪੁੱਤਰ ਭਤੀਜਾ ਸਾਰੀ ਸੰਗਤ ਦਾ ਧੰਨਵਾਦ ਜੇ ਕਿਸੇ ਦੀ ਸ਼ਾਨ ਦੇ ਖਿਲਾਫ ਬੋਲਦਿਆਂ ਕੋਈ